ਸੂਟਾ ਦੇਖੋ ਜੀ ਗਲਾ ਘੱਡਿਆ ਆ ਦੁਪੱਟਾ ਨਾਲ ਐ ਸਿਰਫ 58 58 ਰੁਪਏ ਦਾ ਸੂਟ ਆ ਜੀ ਇਹ ਦਾ ਕਟਾਈ ਕੀਤਾ ਹੋਇਆ ਦੁਨੀਆ 'ਚ ਜਿਵੇਂ ਹੁਣ ਲੋਕ ਸੋਚ ਤੇ ਲੈਂਦੇ ਆ ਦੇਖੋ ਅਸੀਂ ਹੁਣ ਕੱਪੜਿਆਂ ਦਾ ਕੰਮ ਸ਼ੁਰੂ ਕਰਨਾ ਐ ਸੋ ਤੁਹਾਡੇ ਪੈਸੇ ਲੱਗਨੇ ਆ ਮੰਨ ਤੁਸੀਂ ਬਣਾਣਾ ਕੰਮ ਤੁਸੀਂ ਕਰਨਾ ਸੋ ਕਿਸੇ ਕੋ ਸਲਾਹ ਲੈਣ ਦੀ ਲੋੜ ਨਹੀਂ ਤੁਸੀਂ ਚੁੱਪ ਕਰਕੇ ਸਿਮੀ ਟੈਕਸਟਾਈਲ ਨਾਲ ਜੁੜੋ ਹਰ ਤਰ੍ਹਾਂ ਇਹ ਤੁਹਾਨੂੰ ਦੱਸਾਂਗੇ ਗਾਈਡ ਕਰਾਂਗੇ ਕਿੱਦਾਂ ਕੱਪੜਾ ਵਿਕਦਾ ਹੈ ਕਿੱਦਾਂ ਚੀਜ਼ ਹੈ ਤੁਹਾਨੂੰ ਹਰ ਤਰ੍ਹਾਂ ਦੀ ਸਲਾਹ ਦਵਾਂਗੇ ਇੱਕ ਵਾਰ ਤੁਸੀਂ ਸ਼ੁਰੂ ਕਰਕੇ ਦੇਖੋ ਤੁਸੀਂ ਨਵਾਂ ਕੰਮ ਕਰਨਾ ਚਾਹੁੰਦੇ ਆ ਉਹ 10000 ਜਾਂ 20000 ਰੁਪਏ ਤੋਂ ਸਟਾਰਟਿੰਗ ਕਰਕੇ ਕੱਪੜੇ ਦਾ ਬਹੁਤ ਵਧੀਆ ਕੰਮ ਕਰ ਸਕਦੇ ਆ ਜੇ ਉਹ 20000 ਰੁਪਏ ਦਾ ਕੱਪੜਾ ਰੱਖ ਕੇ ਅਗਰ ਤੁਸੀਂ ਆਹ ਦੇਖੋ ਦਿਨ ਜਿਤ 4-5 ਸੂਟ ਵੀ ਵੇਚ ਲੈਣ ₹100 ਦਾ profit ਹੋਵੇ ਤੇ ਰੋਜ਼ ਦਾ 5-600 ਰੁਪਏ ਬੰਦਾ ਔਰ ਮਹੀਨੇ ਦਾ 18000 ਰੁਪਏ ਪਹੁੰਚਦਾ ਹੈ। ਜੇ ਕਿਸ ਨੇ 20 ਲੱਖ ਪੜਾ ਲੈਣਾ ਉਹਦਾ 10-10000 ਦਾ ਹੀ ਦਿਲ ਬਨੇਗਾ। ਮਾਰਕੀਟ ਨੂੰ ਅੱਤੇ ਤੋਂ ਵੀ ਸਮ ਲੋਕ ਘੱਟ ਭਰਾਈ ਦੇ ਸਕਦੇ। ਅੱਤੇ ਨਾਲੋਂ ਵੀ ਘੱਟ ਭਰਾਈ ਦੇ ਸਕਦੇ। ਉਹ 8-10% ਲੋਕ ਹੀ ਹੁੰਦੇ ਆ ਜਿਨ੍ਹਾਂ 'ਚ ਜਜ਼ਬਾ ਹੁੰਦਾ ਹੈ। ਵੀ ਅਸੀਂ ਕੁਝ ਕਰਕੇ ਦਿਖਾਣਾ ਵੈ ਸੋ ਸਾਨੂੰ ਸਾਰੇ ਗਾਗ ਨਹੀਂ ਚਾਹੀਦੇ ਸਿਰਫ ਉਹ 8 10% ਗਾਗ ਹੀ ਚਾਹੀਦੇ ਜਿੰਨਾਂ 'ਚ ਜਜ਼ਬਾ ਹੈਗਾ ਵਾ ਕੁਝ ਕਰਕੇ ਦਿਖਾਣਾ ਵੈ ਅਸੀਂ ਉਹਨਾਂ ਦੇ ਹਰ ਤਰ੍ਹਾਂ ਦੇ ਨਾਲ ਖੜਾਂਗੇ ਜੇ拉斯 ਕਾਈਨ ਚੈਨਲ ਤੋਂ ਕੋਈ ਆਪਣੇ ਕੋਲ ਸਕਰੀਨਸ਼ਾਟ ਲੈ ਕੇ ਆ ਕੇ ਜੇ ਉਹਨਾਂ ਦੇ ਜ਼ਰੀਏ ਆਏਗਾ ਸਾਡੇ ਕੋਲ ਵੈਸੇ ਸਾਡੇ ਰੇਟ ਬਿਲਕੁਲ ਫਿਕਸ ਹੈ ਉਹਨਾਂ ਨੂੰ ਕੁਝ ਲੈਸ ਨਹੀਂ ਸਸ਼ਗਲਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਜਦੋਂ ਵੀ ਅਸੀਂ ਸ਼ਾਪਿੰਗ ਕਰਨ ਜਾਂਦੇ ਹਾਂ ਬੇਸਿਕਲੀ ਸੂਟਾਂ ਦੀ ਸ਼ਾਪਿੰਗ ਕਰਨ ਜਾਂਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਦੋ ਸਵਾਲ ਜ਼ਰੂਰ ਹੁੰਦੇ ਨੇ ਇੱਕ ਤਾਂ ਇਹ ਕਿ ਜੇਕਰ ਸਾਨੂੰ ਵਧੀਆ ਕੁਆਲਿਟੀ ਦਾ ਸੂਟ ਚਾਹੀਦਾ ਫਿਰ ਤਾਂ ਸਾਨੂੰ ਬਹੁਤ ਸਾਰੇ ਪੈਸੇ ਲਾਉਣੇ ਪੈਣੇ ਆ ਜੇ ਸੂਟ ਘੱਟ ਪੈਸੇ ਚਾਹੀਦਾ ਤੇ ਫਿਰ ਉਹ ਵਧੀਆ ਕੁਆਲਿਟੀ ਨਹੀਂ ਮਿਲੇਗੀ ਤਾਂ ਇਹੀ ਡਾਊਟ ਦੂਰ ਕਰਨ ਦੇ ਲਈ ਅੱਜ ਅਸੀਂ ਲੁਧਿਆਣਾ ਦੀ ਫਿਲਡ ਗੰਜ ਮਾਰਕੀਟ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਸਿਮੀ ਟੈਕਸਟਾਈਲ ਵਾਲਿਆਂ ਦੀ ਸ਼ਾਪ ਹੈ ਜਿੱਥੇ ਬੜੇ ਸਸਤੇ ਸੂਟ ਵੀ ਮਿਲਦੇ ਨੇ ਤੇ ਮਹਿੰਗੇ ਵੀ ਮਿਲਦੇ ਨੇ ਉਹ ਤੁਹਾਡੇ ਉੱਤੇ ਹੈ ਕਿ ਤੁਸੀਂ ਸਸਤਾ ਲੈਣਾ ਕਿ ਮਹਿੰਗਾ ਲੈਣਾ ਪਰ ਕੁਆਲਿਟੀ ਦੋਵਾਂ 'ਚ ਮਿਲੇਗੀ ਤਾਂ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰ ਲੈਨੇ ਆ ਸਿਮੀ ਟੈਕਸਟਾਈਲ ਦੇ ਮਾਲਕ ਦਾ ਮਾਨਿਕ ਦਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਜੀ ਥੈਂਕ ਯੂ ਥੋੜੀ ਦੁਕਾਨ ਦੇ ਬੜੇ ਚਾਚੇ ਸੁਨੇ ਸੀ ਐਸੇ ਕਰਕੇ ਅਸੀਂ ਚੰਡੀਗੜ੍ਹ ਤੋਂ ਸਿੱਧਾ ਲੁਧਿਆਣੇ ਆਏ ਆ ਤਾਂ ਐਗਜ਼ੈਕਟ ਲੋਕੇਸ਼ਨ ਤੁਸੀਂ ਦੱਸ ਦੋ ਸਾਡੇ ਵਿਊਅਰਸ ਨੂੰ ਤਾਂ ਜੋ ਅੰਜ ਪ੍ਰੋਬਲਮ ਨਾ ਹੋ ਸਾਡੀ ਲੋਕੇਸ਼ਨ ਨਾਲ ਲੁਧਿਆਣਾ ਵਿੱਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਹੈ ਬਹੁਤ ਫੇਮਸ ਹੈ ਉੱਥੇ ਆਪ ਸਾਡੀ ਦੋ ਨੰਬਰ ਗੁੱਚੇ ਵਿੱਚ ਸਾਡੀ ਸ਼ਾਪ ਹੈਗੀ ਆ ਲੁਧਿਆਣਾ ਵਿੱਚ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੇ ਵੀਅਰਸ ਹੁਣ ਤੁਹਾਨੂੰ ਲੋਕੇਸ਼ਨ ਤਾਂ ਪਤਾ ਲੱਗੀ ਤੇ ਹੁਣ ਅਸੀਂ ਤੁਹਾਨੂੰ ਦੁਕਾਨ ਦੇ ਵਿੱਚ ਕਿਹੜੇ ਕਿਹੜੇ ਸੂਟ ਨੇ ਕਿੰਨੇ ਤਰ੍ਹਾਂ ਦੇ ਕਿੰਨੇ ਤੋਂ ਸਟਾਰਟ ਹੁੰਦੇ ਨੇ ਤੇ ਕਿੱਥੇ ਤੱਕ ਜਾਂਦੇ ਨੇ ਸਾਰਾ ਕੁਝ ਦੱਸਾਂਗੇ ਪਰ ਤੁਸੀਂ ਵੀਡੀਓ ਅਖੀਰ ਤੱਕ ਦੇਖਦੇ ਰਹੋ ਤਾਂ ਸਭ ਤੋਂ ਪਹਿਲਾਂ ਇਹ ਪੁੱਛਾਂਗੇ ਕਿ ਤੁਸੀਂ ਇੰਨੇ ਘੱਟ ਰੇਟ ਦੇ ਵਿੱਚ ਇੰਨੇ ਵਧੀਆ ਸੂਟ ਕਿਵੇਂ ਪ੍ਰੋਵਾਈਡ ਕਰ ਰਹੇ ਹੋ ਮੈਡਮ ਐਕਚੁਅਲੀ ਇਸ ਤਰ੍ਹਾਂ ਮੈਂ ਅਸੀਂ ਟੋਟਲੀ ਜਿੰਨਾ ਵੀ ਮੰਨ ਲੈਣਾ ਕੜਾਈਲੇ ਸੂਟ ਆਪਣੀ ਤਿਆਰ ਕਰਦੇ ਸਾਡੀ ਆਪਣੀ ਫੈਕਟਰੀ ਲੱਗੀ ਹੋਈ ਹੈ 20 ਮਸ਼ੀਨਾਂ ਲੱਗੀਆਂ ਹੋਈਆਂ ਸਾਡੀਆਂ ਟੋਟਲੀ ਉੱਥੇ ਸਾਡਾ ਸਾਡਾ ਮਾਲ ਤਿਆਰ ਹੁੰਦਾ ਵੈ ਤੇ ਦੇਖੋ ਕੋਈ ਕਿਸੇ ਕੋ ਲੈ ਕੇ ਆਉਂਦੇ ਤਿੰਨ ਚਾਰ ਮੁਨਾਫੇ ਵਿੱਚੋਂ ਖਤਮ ਹੋ ਗਏ ਇਸ ਕਰਕੇ ਅਸੀਂ ਸੂਟ ਸਸਤੇ ਦੇ ਪੰਨੇ ਆ ਟੋਟਲੀ ਆਪਣੀ ਮੈਨੂਫੈਕਚਰੀ ਆ ਸਾਡੀ ਸਾਡੇ ਕੋਲ 58 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਹੈ 58 ਤੋਂ ਓਨਲੀ ਮਤਲਬ ਤੁਹਾਡੇ ਕੋਲ ਇਸ ਟਾਈਮ ਦੁਕਾਨ ਦੇ ਵਿੱਚ 58 ਰੁਪਏ ਵਾਲਾ ਸੂਟ ਹੈ ਹਾਂਜੀ 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 ਤਾਂ ਦਿਖਾ ਸਕਦੇ ਹੋ ਆ ਦੇਖੋ ਜੀ ਇਹ ਪਿਓਰ ਕਾਟਨ ਦਾ ਸੂਟ ਹੈ ਦੇਖੋ ਜੀ ਗਲਾ ਘੱਡਿਆ ਆ ਦੁਪੱਟਾ ਨਾਲ ਆ ਸਿਰਫ 58 58 ਰੁਪਏ ਦਾ ਸੂਟ ਆ ਜੀ ਆ ਦੇਖੋ ਕੜਾਈ ਕੀਤਾ ਹੋਇਆ ਕਰੋ ਮੇਰੇ ਖਿਆਲ ਨਾਲ ਇੰਨੀ ਮਹਿੰਗਾਈ ਦੇ ਟਾਈਮ ਦੇ ਵਿੱਚ 58 ਰੁਪਏ ਸੋਚਣਾ ਵੀ ਬਿਲਕੁਲ ਬਗਣਾ ਹੋਲਸੇਲ ਦਾ ਸਾਡਾ ਹੋਲਸੇਲ ਦਾ ਕੰਮ ਹੈ ਜੀ ਕੁਆਂਟੀਟੀ ਸੇਲ ਆ ਅਸੀਂ 1-2 ਰੁਪਏ ਸੂਟ ਨਾਲ ਵੀ ਖੇਡ ਜਾਈਦਾ ਅਸੀਂ ਲੋਕ ਹਮੇਸ਼ਾ ਸੇਲ ਨੂੰ ਸਲਾਮ ਕਰਦੇ ਆ ਸ਼ਾਮ ਨੂੰ ਸੇਲ ਹੋ ਜਾਂਦੀ ਹੈ ਸਾਡੀ ਪ੍ਰੋਫਿਟ ਸਾਡਾ ਆਪਣੇ ਉੱਥੇ ਆ ਜਾਂਦਾ ਵਾ ਮਨ ਲਓ ਨੇ 58 ਤੋਂ ਸ਼ੁਰੂ ਹੋ ਜਾਂਦਾ 125 ਵਾਲਾ ਸੂਟ ਵੀ ਦਾ ਹੈ ਆ ਦੇਖੋ ਨਾ ਹਾਂ ਆ ਦੇਖੋ ਨਾ ਸੂਟ ਹੈ ਪਿਓਰ ਕਾਟਨ ਦਾ ਸੂਟ ਹੈ ਦੇਖੋ ਜੀ ਸਾਰਾ ਗਲਾ ਘੱਟਿਆ ਨੀਚੇ ਤੱਕ ਆ ਦੁਪੱਟਾ ਆਏਗਾ ਦੇਖੋ ਦੁਪੱਟੇ ਦੀ ਫੋਰ ਸਾਈਡ ਲੈਸ ਲੱਗੀ ਹੈ ਨੈਟ ਦਾ ਦੁਪੱਟਾ ਸਿਰਫ ਤੇ ਸਿਰਫ 125 ਰੁਪਏ ਦਾ ਸੂਟ ਆ ਬਨਾਰਸੀ ਦੁਪੱਟੇ ਨਾਲ ਸਿਰਫ 125 ਰੁਪਏ ਦਾ ਇਸ ਕਰਕੇ ਅਸੀਂ ਮਤਲਬ ਹੋਰ ਦਿਖਾਏ ਤੁਹਾਨੂੰ ਇਹਨਾਂ ਨੂੰ ਆ ਦੇਖੋ ਹੁਣ ਆ ਪਿਓਰ ਕਾਟਨ ਦਾ ਸੂਟ ਜੇ ਆ ਦੇਖੋ ਜੀ ਸਾਰਾ ਨੀਚੇ ਦਾ ਗਲਾ ਕੱਢਿਆ ਹੈ ਦੇਖੋ ਜੀ ਵੈਰਾਈਟੀਆਂ ਬਹੁਤ ਆ ਸਾਡੇ ਕੋਲ ਨਹੀਂ ਨਹੀਂ ਮੈਡਮ 170 ਰੁਪਏ ਦਾ ਸੂਟ ਹੈ ਜੀ ਸਿਰਫ 170 ਰੁਪਏ ਦਾ ਜਿਹਨੂੰ ਕਸਟਮਰ ਜਾ ਕੇ 250 ਰੁਪਏ ਰੇਂਜ ਅਰਾਮ ਨਾਲ ਸੇਲ ਕਰ ਸਕਦਾ ਵੈ ਵੈਸੇ ਮਾਰਕੀਟ ਰਿਟੇਲ ਪ੍ਰਾਈਸੰ ਦਾ 450 400 ਹੈ ਮਤਲਬ ਕਿ इजीली ਸੇਲ ਕਰ ਸਕਦਾ ਹੈ ਜਿਹੜੇ ਵੀਵਰਸ ਚਾਹੁੰਦੇ ਆ ਅਸੀਂ ਨਵਾਂ ਕੰਮ ਕਰਨਾ ਚਾਹੁੰਦੇ ਆ ਉਹ 10 ਜਾਂ 20 ਹਜ਼ਾਰ ਰੁਪਏ ਤੋਂ ਸਟਾਰਟਿੰਗ ਕਰਕੇ ਕੱਪੜੇ ਦਾ ਬਹੁਤ ਵਧੀਆ ਕੰਮ ਕਰ ਸਕਦੇ ਆ ਜੇ ਉਹ 20 ਰੁਪਏ ਦਾ ਕੱਪੜਾ ਰੱਖ ਕੇ ਅਗਰ ਤੁਸੀਂ ਆਪ ਦੇਖੋ ਦਿਨ ਦੇ 4-5 ਸੂਟ ਵੀ ਵੇਚ ਲੈਣ 100 ਰੁਪਏ ਦਾ ਪ੍ਰੋਫਿਟ ਹੋਵੇ ਤੇ ਰੋਜ਼ ਦਾ 5-600 ਰੁਪਏ ਬੰਦਾ ਔਰ ਮਹੀਨੇ ਦਾ 18 ਹਜ਼ਾਰ ਰੁਪਏ ਪਹੁੰਚ ਜਾਂਦਾ ਤੁਸੀਂ ਮੈਨੂੰ ਦੱਸੋ ਕਿਹੜਾ ਕੰਮ ਹੈ ਜਿਹਦੇ ਜੇ ਆਪਾਂ 10-20 ਹਜ਼ਾਰ ਲਾ ਕੇ ਮਹੀਨੇ ਦਾ 15-20 ਹਜ਼ਾਰ ਕਮਾ ਸਕਦੇ ਕੋਈ ਐਸਾ ਕੰਮ ਨਹੀਂ ਹੈ ਇਸ ਲਈ ਕੱਪੜੇ ਦਾ ਕੰਮ ਕਰੋ ਬਹੁਤ ਅੱਛੀ ਚੀਜ਼ ਹੈ ਬਹੁਤ ਵਧੀਆ ਵੈਰਾਈਟੀ ਹੈ ਮਤਲਬ ਜੇ ਕੋਈ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਉਹਨੂੰ ਵੀ ਤੁਸੀਂ ਪ੍ਰੋਵਾਈਡ ਕਰਦੇ ਹੋ ਹਾਂਜੀ 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 ਤੁਹਾਨੂੰ ਦੱਸਦਾ ਮੇਨ ਹੋਲਸੇਲ ਦਾ ਬਾਕੀ ਅਗਰ ਕਿਸੇ ਨੇ ਵਿਆਹ ਸ਼ਾਦੀ ਪਰਪਸ ਵਾਸਤੇ ਲੈਣੇ ਆ ਮਤਲਬ ਇਹ ਵਰੀ ਵਗੈਰਾ ਬਣਾਨੀ ਹੈ ਉਹ ਵੀ ਸਾਡੇ ਕੋਲ ਵਿਜ਼ਿਟ ਕਰ ਸਕਦਾ ਹੈ ਉਹਨਾਂ ਦੀ ਵਰੀ ਵਗੈਰਾ ਅਸੀਂ ਜਿਵੇਂ ਕੋਈ ਲੱਖ ਰੁਪਏ ਦੀ ਲਿੱਕ ਕੇ ਲਿਆਣਗੇ ਨਾ ਪਰਚੀਆਂ ਦੇ ਸਾਡੇ ਕਪੜਾ ਲੱਖ ਦਾ ਮੰਦਾ ਹੈ ਚੈਲੰਜ ਕਰਦੇ ਹਾਂ ਉਹਨਾਂ ਨੂੰ 50000 ਚੋਹੀ ਕਪੜਾ ਉਹੀ ਚੀਜ਼ਾਂ ਦੇ ਕੇ ਭੇਜਾਂਗੇ ਅਸੀਂ ਇਸ ਮੁਤਾਬਕ ਮਤਲਬ ਜਿਵੇਂ 10000 ਰੁਪਏ ਦੀ ਸ਼ਾਪਿੰਗ ਕਰਨੀ ਹੋਵੇ 10000 ਰੁਪਏ ਲੈ ਕੇ ਨਿਕਲਾਂ ਤਾਂ ਮੇਰਾ 5000 ਆਰਾਮ ਨਾਲ ਬਚੇਗਾ ਬਿਲਕੁਲ ਬਿਲਕੁਲ ਮੈਡਮ ਇੱਥੇ ਬਿੱਲ ਤੁਹਾਡਾ 5000 ਦਾ ਹੀ ਬਣਾ ਕੇ ਭੇਜਾਂਗੇ ਅਗਰ ਕਿਸ ਨੇ 20 ਦਾ ਕਪੜਾ ਲੈਣਾ ਉਹਦਾ 10-10000 ਦਾ ਹੀ ਬਿੱਲ ਬਨੇ ਵੀਵਰ ਸਾਡੇ ਬਹੁਤ ਚੀਜ਼ਾਂ ਵੈਰਾਈਟੀ ਹੋਰ ਵੀ ਸਾਡੇ ਕੋਲ ਹੁੰਦੀ ਹੈ ਇਹ ਤਾਂ ਮੈਂ ਤੁਹਾਨੂੰ ਸਸਤੀਆਂ ਵੈਰਟੀਆਂ ਦਿਖਾਈਆਂ ਮਤਲਬ 400 500 2000 3000 ਜਾਂ 4000 ਤੇ ਹਰ ਰੇਂਜ ਦੇ ਆਪਣੇ ਕੋਲ ਸੂਟ ਹੁੰਦੇ ਆ ਮਤਲਬ ਇਹ ਦਾਵਾ ਤੁਸੀਂ ਇਕੱਲੇ ਨਹੀਂ ਕਰਦੇ ਹੋਰ ਵੀ ਬਹੁਤ ਕਰਦੇ ਨੇ ਵੀ ਹਾਂ ਅਸੀਂ ਇਹਨੇ ਸਸਤੇ ਚ ਦਿੰਦੇ ਆ ਤੇ ਕੁਆਲਿਟੀ ਹੁੰਦੀ ਹੈ ਤੁਸੀਂ ਉਹਨਾਂ ਨਾਲ ਕਿਵੇਂ ਲਾਗੋ ਮੈਡਮ ਦੇਖੋ ਕਹਿਣ ਤੇ ਕਰਨ ਚ ਬਹੁਤ ਫਰਕ ਹੈ ਅਸੀਂ ਜੇ ਕਹਿ ਰਹੇ ਆ ਤੇ ਦਵਾਂਗੇ ਵੀ ਭਾਵੇਂ ਜੇ ਹੁਣ ਤੁਹਾਡੀ ਵੀਡੀਓ ਚ ਕੋਈ ਸਾਡੇ ਕੋਲ ਸਕਰੀਨਸ਼ਾਟ ਲੈ ਕੇ ਵੀਵਰਸ ਆਏਗਾ ਜਿਵੇਂ ਮੈਂ ਚੀਜ਼ ਸੂਟ ਗਿਆ 170 ਦਾ ਸੂਟ ਗਿਆ ਤੇ 170 ਦਾ ਹੀ ਮਿਲੇਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਈਵਰਸ ਆ ਜਿਓ ਮੈਡਮ ਦੇ ਆਪਣਾ ਚੈਨਲ ਆਹੀ ਤੁਹਾਨੂੰ ਸੇਮ 170 ਦਾ ਸੂਟ ਹੀ ਮਿਲੇਗਾ ਇਹ 125 ਦਾ ਕਿਹਾ ਵੈ ਤੇ 125 ਦਾ ਹੀ ਮਿਲੇਗਾ ਸਕਰੀਨ ਸ਼ਾਟ ਲੈ ਕੇ ਆਓ ਮੇਰੇ ਕੋਲ ਤੁਸੀਂ ਬਾਕੀ ਐਦਾ ਦੇ ਇਹ ਸਿਰਫ ਆਪਾਂ ਸੈਂਪਲ ਦਿਖਾਏ ਆ ਐਦਾ ਦੇ ਵਿੱਚ ਤੁਹਾਨੂੰ ਡਿਜ਼ਾਈਨਿੰਗ ਵਗੈਰਾ ਬਹੁਤ ਕੁਝ ਹੋਰ ਦੇਖਣ ਨੂੰ ਇੱਥੇ ਮਿਲੇਗਾ ਬਹੁਤ ਵੈਰਾਈਟੀ ਮਿਲੇਗੀ ਤੁਸੀਂ ਵਾਰ ਇੱਕ ਆਪਣਾ ਕੰਮ ਸ਼ੁਰੂ ਕਰਨ ਦਾ ਇੱਕ ਜ਼ਰੀਆ ਬਣਾਓ ਇੱਕ ਮਤਲਬ ਇਹ ਮੰਨ ਬਣਾਓ ਅਸੀਂ ਕੰਮ ਸ਼ੁਰੂ ਕਰਨਾ ਹੈ ਗਾਰੰਟੀ ਕਰਦਾ ਮੈਂ ਤੁਸੀਂ 10 20 ਆਨ ਸ਼ੁਰੂ ਕਰੋਗੇ ਬਹੁਤ ਅੱਛਾ ਰਿਸਪੌਂਸ ਮਿਲੇਗਾ ਤੁਹਾਨੂੰ ਮੇਰੀ ਗਾਰੰਟੀ ਹੈ ਜਿਵੇਂ ਅੱਗੋਂ ਹੁਣ ਤੇਹਾਰ ਹੈ ਗਿਆ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਵੈ ਬਹੁਤ ਬਹੁਤ ਚੀਜ਼ਾਂ ਸਾਡੇ ਕੋਲ ਬਹੁਤ ਵੈਰਾਈਟੀ ਮਿਲੇਗੀ ਔਰ इजीली ਸੂਟ ਤੁਹਾਡੇ ਕੋਲ 2 300 ਰੁਪਏ ਮਾਰ ਜਾ ਨਾ ਕੇ ਕਰੋ ਵੇਚੋਗੇ ਆਰਾਮ ਨਾਲ ਸੇਲ ਹੋਣਗੇ ਤਾਂ ਜੇਕਰ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰਨ ਦੀ ਸੋਚ ਰਹੇ ਹੋ ਕਿ ਤੁਸੀਂ ਕੱਪੜੇ ਦਾ ਬਿਜ਼ਨਸ ਸਟਾਰਟ ਕਰਨਾ ਹੈ ਕਿੱਥੋਂ ਕੱਪੜਾ ਲਈਏ ਕਿੱਥੋਂ ਕੱਪੜਾ ਲਈਏ ਤਾਂ ਸੋਚਣ ਦੀ ਲੋੜ ਨਹੀਂ ਹੈ ਬਸ ਤੁਸੀਂ ਸਿੱਧਾ ਲੁਧਿਆਣਾ ਆ ਜਾਓ ਫਿਲਡਗੰਜ ਮਾਰਕੀਟ ਦੇ ਵਿੱਚ ਅੱਗੇ ਤੁਹਾਨੂੰ ਨੰਬਰ ਅਸੀਂ ਸਕਰੀਨ ਤੇ ਮੈਂਸ਼ਨ ਕਰ ਹੀ ਦਿੱਤਾ ਤੁਸੀਂ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਐਡਰੈਸ ਵੀ ਅਸੀਂ ਤੁਹਾਨੂੰ ਮੈਂਸ਼ਨ ਕਰਾਂਗੇ ਤੇ ਆਓ ਫਿਰ ਹੋਰ ਸੋਰਸਸ ਵੀ ਨਾਲ ਕੋਲ ਦੇਖਦੇ ਆਂ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਸੋਰਸਸ ਨੇ ਹੁਣ ਮੈਡਮ ਆ ਦੇਖੋ ਇੱਕ ਆ ਸੂਟ ਹੈ ਆ ਦੇਖ ਇਹ ਪਿਓਰ ਸਿਲੰਗ ਦਾ ਮੈਡਮ ਸੂਟ ਹੁੰਦਾ 5 ਮੀਟਰ ਦਾ ਪੂਰਾ 5 ਮੀਟਰ ਦਾ ਸੂ ਇਹ ਦਾ ਦੁਪੱਟਾ ਵੀ ਪਿਓਰ ਦਾ ਦੁਪੱਟਾ ਹੁੰਦਾ ਹੈ ਔਰ ਦੁਪੱਟਾ ਵੀ ਇਸ ਤਰ੍ਹਾਂ ਕੱਢਿਆ ਹੁੰਦਾ ਫੋਰ ਸਾਈਡਡ ਆ ਦੇਖੋ ਜਿਹੜਾ 6 ਤੋਂ 650 ਦੀ ਰੇਂਜ ਵਿੱਚ ਰਿਟੇਲ ਵਿੱਚ ਸੇਲ ਹੁੰਦਾ ਸਾਡਾ ਹੋਲਸੇਲ ਪ੍ਰਾਈਸ ਆ ਸਿਰਫ ਤੇ ਸਿਰਫ 325 ਰੁਪਏ ਦਾ 325 ਰੁਪਏ ਦਾ ਵੀਰ ਅਗਰ ਤੁਸੀਂ ਇਹਨੂੰ 450 ਆ ਵੀ ਸੇਲ ਕਰੋਗੇ ਨਾ 150 ਰੁਪਏ ਸੂਟ ਤੁਹਾਨੂੰ ਲੱਗੇਗਾ ਉਸ ਤੋਂ ਬਾਅਦ ਕਸਟਮਰ ਵੀ ਤੁਹਾਨੂੰ ਕਹਿ ਕੇ ਜਾਏਗਾ ਸ਼ਾਬਾਸ਼ ਜੀ ਦੇ ਕੇ ਜਾਏਗਾ ਸਾਨੂੰ ਤੁਸੀਂ 600 ਵਾਲਾ ਸੂਟ 450 ਦਾ ਲਾਇਆ ਵਾ ਇਸ ਤਰ੍ਹਾਂ ਇਹ ਚੀਜ਼ਾਂ ਮਤਲਬ ਇਦਾਂ ਦੀ ਤੁਹਾਨੂੰ ਬਹੁਤ ਕੁਝ ਦੇ ਦਾਂਗੇ ਆ ਦੇਖੋ ਹੁਣ ਇੱਕ ਆ ਚੀਜ਼ ਆ ਦੇਖੋ ਜੀ ਇਹ ਪਿਓਰ ਕਾਟਨ ਦਾ ਸੂਟ ਜੇ ਆ ਦੇਖੋ 5 ਮੀਟਰ ਦਾ ਸੂਟ ਹੈ ਨਵਾਂ ਕਪੜਾ ਹੈ ਪਿਓਰ ਟੈਲੈਂਟ ਦਾ ਆ ਦੇਖੋ ਆ ਦੇਖੋ ਵੀਵਰਸ ਪਿਓਰ ਜਿਹੜਾ ਨਾਲੇ ਸਾਡੀ ਦੁਕਾਨ ਦੇ ਕਪੜਾ ਲੋਗੇ ਸਭ ਗਾਰੰਟੀ ਵਾਲੇ ਕਪੜੇ ਹੈ ਆ ਦੇਖੋ ਪਿਓਰ ਦਾ ਦੁਪੱਟਾ ਹੈ ਦੁਪੱਟਾ ਵੀ ਅੱਧੇ ਹੀ ਕੱਢਿਆ ਹੋਊਗਾ ਰੇਟ ਕਿਸ ਤਰਫ 350 ਦਾ ਵੀਵਰਸ 350 ਰੁਪਏ ਦਾ ਸੂਟ ਹੈ ਸਿਰਫ ਉਸ ਤੋਂ ਬਾਅਦ ਸਰ ਆ ਦੇਖੋ ਵੀਵਰਸ ਇਹ ਤੁਹਾਨੂੰ ਸੂਟ ਮਿਲੇਗਾ ਪਿਓਰ ਕਾਟਨ ਦਾ ਸੂਟ ਹੈ ਔਰ ਦੁਪੱਟਾ ਵੀ ਦੇਖੋ ਕਿੰਦਾ ਫੁਲਕਾਰੀ ਦਾ ਸਾਰਾ ਕੱਢਿਆ ਤੁਸੀਂ ਮਾਰਕੀਟ 'ਚ ਦੁਪੱਟਾ ਲੈਣ ਜਾਓ ਕੱਲਾ ਦੁਪੱਟਾ ਹੀ ਤੁਹਾਨੂੰ 500 600 ਦਾ ਮਿਲੇਗਾ ਸਾਡਾ ਸੂਟ ਹੈਗਾ ਵਾ ਸਿਰਫ 400 ਰੁਪਏ ਦਾ ਪੂਰੇ ਫੁਲਕਾਰੀ ਦੇ ਦੁਪੱਟੇ ਨਾਲ ਜਿੰਦਾ ਮਰਜੀ ਤੁਸੀਂ ਇਹਨੂੰ 600 650 ਦੀ ਰੇਂਜ ਆਰਾਮ ਨਾਲ ਸੇਲ ਕਰ ਸਕਦੇ ਹੋ ਔਰ ਆਹ ਦੇਖੋ ਹੁਣ ਪਿਓਰ ਸਿਲਕ ਦੇ ਸੂਟ ਹੈ 5 ਮੀਟਰ ਦਾ ਸੂਟ ਹੈ ਦੁਪੱਟਾ ਵੀ ਕੱਢਿਆ ਹੋਇਆ ਪਿਓਰ ਚਨੂਨ ਦਾ ਇਹ ਦੇਖੋ ਜੀ ਕੋਈ 700 ਨਹੀਂ ਕੋਈ 800 ਨਹੀਂ ਸਿਰਫ ਤੇ ਸਿਰਫ 450 ਰੁਪਏ ਦਾ ਹੋਰ ਵੈਰਾਈਟੀ ਦਿਖਾਇਆ ਇਹਨਾਂ ਨੂੰ ਆਹ ਦੇਖੋ ਆਹ ਗੋਹਨ ਫੁਲਕਾਰੀ ਦੇ ਸੂਟਾਂ ਨਾਲ ਪਿਓਰ ਸੇ ਲੱਗਦਾ ਸੂਟ ਹੈ ਦੁਪੱਟਾ ਫੁਲਕਾਰੀ ਵਾਲਾ ਜਿਹੜਾ ਡੰਮੀ ਤੇ ਟਾਂਕੇ ਲੋਕੀ 950 ਦਾ 1100 ਦਾ ਵੇਚਦੇ ਆ ਸਾਡੇ ਕੋਲ ਹੋਲਸੇ ਰੇਟ 450 ਰੁਪਏ ਦਾ ਜੀ ਸਭ ਵਧੀਆ ਸੂਟ ਗਾਰੰਟੀ ਵਾਲੇ ਕੱਪੜੇ ਵਾਲੇ ਸੂਟ ਹੈ ਆਹ ਦੇਖੋ ਪਿਓਰ ਸੇ ਲੱਗਦਾ ਸੂਟ ਜੀ ਆਹ ਦੇਖੋ ਜੀ ਚੁੰਨੀ ਸਾਰੀ ਕੱਢੀ ਕਿੰਦਾ ਕਢਾਈ ਕੀਤੀ ਹੈਵੀ ਦੇਖੋ ਸਭ ਗਾਰੰਟੀ ਵਾਲੇ ਸੂਟ ਹੈ ਗਾਰੰਟੀ ਵਾਲੇ ਕੱਪੜੇ ਆ ਸਾਰੇ ਆਹ ਦੇਖੋ ਜੀ 400 ਰੁਪਏ ਦਾ ਸੂਟ ਜੀ ਆਹ ਦੇਖੋ ਹੁਣ ਆ ਦੇਖੋ ਪਿਓਰ ਸੇ ਲੱਗਦਾ ਸੂਟ ਹੈ ਜੀ ਦੇ ਕੋਲ ਆਲਓਵਰ ਸੂਟ ਆਏਗਾ 5 ਮੀਟਰ ਦਾ ਦੇਖੋ ਜੀ ਦੁਪੱਟਾ ਕੱਢਿਆ ਹੋਊਗਾ ਪਿਓਰ ਦਾ ਐਦਾਂ 4 ਸਾਈਡ ਕਿਨਾਰੀ ਕੱਢੀ ਹੋਈਗੀ ਕੋਈ 700 ਨਹੀਂ ਕੋਈ 800 ਨਹੀਂ ਆ 4 ਸਾਈਡ ਦਾ ਕਿਨਾਰੀ ਕੱਢੀ ਹੋਈ ਹੈ ਆ ਦੇਖੋ ਜੀ 350 ਰੁਪਏ ਦਾ ਸੂਟ ਹੈ ਜੀ ਸਿਰਫ 350 ਰੁਪਏ ਦਾ ਕੁਝ ਤੁਹਾਨੂੰ ਹੋਰ ਮ ਵਧੀਆ ਆਰਟੀਕਲ ਵੀ ਦਿਖਾਣਾ ਵਾ ਆ ਦੇਖੋ ਹੁਣ ਆ ਦੇਖੋ ਇਹ ਸੂਟ ਆਂਦਾ ਹੁੰਦਾ ਹੁਣ ਜਿਵੇਂ ਕਰਵੇ ਵਾਸਤੇ ਅਸੀਂ ਸਪੈਸ਼ਲ ਬਣਾਇਆ ਹੈ ਇਹ ਪਿਓਰ ਸਿਲਕ ਦਾ ਸੂਟ ਹੁੰਦਾ ਜੀ オリジナル ਉਪਾੜਾ ਸਿਲਕਾਂ ਦੀ ਜਿਹੜਾ ਕੱਪੜਾ ਹੀ 200 ਰੁਪਏ ਮੀਟਰ ਦਾ ਮਾਰਕੀਟ 'ਚ ਇਹਦੇ ਉੱਤੇ ਤੁਸੀਂ ਆਪ ਐਮਬੋਇਡਰੀ ਕਰਵਾਉਂਦੇ ਹੋ ਸਾਰੀ ਟੋਟਲੀ ਐਮਬ੍ਰੋਇਡਰੀ ਸਾਡੀ ਹੁੰਦੀ ਹੈ ਤੁਸੀਂ ਕਹੋਗੇ ਤੇ ਆਪਾਂ ਤੁਹਾਨੂੰ ਆਪਣੀ ਫੈਕਟਰੀ ਵੀ ਦਿਖਾਵਾਂਗੇ ਹਾਂ ਹਾਂ ਆ ਦੇਖੋ ਇਹਦੇ ਨਾਲ ਫੁੱਲ ਪਿਓਰ ਦਾ ਦੁਪੱਟਾ ਆਂਦਾ ਹੈ ਦੁਪੱਟਾ ਵੀ ਫੋਰ ਸਾਈਡ ਅੱਧਾ ਕਟਿਆ ਹੋਇਆ ਹੈ ਦੇਖੋ ਜੀ ਇਹ ਆਹ ਦੇਖੋ ਜੀ ਦੁਪੱਟਾ ਵੀ ਪਿਓਰ ਦਾ ਕੱਢਿਆ ਹੈ ਆ ਦੇਖੋ ਰੇਟ ਕੀ ਹੈ 1000 ਰੁਪਏ ਆ ਰਵੇ ਦਾ ਸਿਰਫ ਕੋਈ 2500 ਨਹੀਂ ਕੋਈ 2600 ਨਹੀਂ ਇਸ ਸ਼ੋਰੂਮ ਅਜ ਡਮ ਆਪਣਾ ਡਮੀਆਂ ਦੇ ਟੰਗਗੇ 2500 2600 ਦਾ ਸੇਲ ਕਰਦੇ ਆ ਸਾਡਾ ਹੋਲਸੇਲ ਪ੍ਰਾਈਸ 1050 ਦਾ ਵਾ ਅਗਰ ਤੁਸੀਂ ਇਹਨੂੰ 1300 1400 ਦਾ ਵੀ ਵੇਚੋਗੇ ਦੇਖੋ ਅੱਛਾ ਮੁਨਾਫਾ ਹੋਏਗਾ ਤੁਹਾਨੂੰ ਉਸ ਤੋਂ ਬਾਅਦ ਗਰੰਟੀ ਆ ਕਸਟਮਰ ਤੁਹਾਨੂੰ ਕਹਿ ਕੇ ਜਾਏਗਾ ਤੁਸੀਂ ਸਾਨੂੰ ਸਸਤਾ ਦੇ ਰਹੇ ਹੋ ਇਹ ਕਰਵੇ ਚੌਦੀ স্পੈਸ਼ਲ ਆਈਟਮਸ ਹੈਗੀਆਂ ਸਾਡੇ ਕੋਲ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਪੂਰੀ ਅੱਛੇ ਸੂਟਸ ਕੁਆਲਿਟੀ ਵਾਲੇ ਸੂਟਸ ਦਿਖਾਣਾ ਆ ਦੇਖੋ ਜੀ ਇਹ ਪਿਓਰ ਸਿਲਕ ਦਾ ਸੂਟ ਆ ਉਹੀ 200 ਰੁਪਏ ਮੀਟਰ ਵਾਲੇ ਕੱਪੜੇ ਦੇ ਗਲਾ ਕੱਢਿਆ ਹੋਏਗਾ ਜੀ ਕੇਰਾ ਨਾਲ ਕੱਢਿਆ ਹੋਇਆ ਵਾ ਇਹ ਮਾਰ ਪਿਓਰ ਦੀ ਚਨੂਨ ਦਾ ਦੁਪੱਟਾ ਆਏਗਾ origignal ਦਾ ਦੁਪੱਟਾ ਆਏਗਾ 4 ਸਾਈਡਾ ਦੇਖੋ ਜੀ ਦੁਪੱਟਾ ਦੇਖੋ ਇਹ ਸਭ 2700 2800 ਇਦਾਂ ਸੇਲ ਹੁੰਦੇ ਆ ਸਾਡਾ ਹੋਲ ਸੇਲ ਪ੍ਰਾਈਸ ਹੈ ਸਿਰਫ 1350 ਰੁਪਏ ਜੀ ਸਿਰਫ 1350 ਦਾ ਪਿਓਰ ਸਿਲਕ ਦੇ ਉੱਪਰ ਹੁਣ ਆ ਦੇਖੋ ਜਿਵੇਂ ਆ ਬਰੀ ਵਾਸਤੇ ਸੂਟ ਹੁੰਦੇ ਆ ਜੀ ਲੋਕੀ ਕਿੱਦਾਂ ਸੇਲ ਕਰਦੇ ਆ ਜੀ 3500 ਦੇ ਜੀ 4000 ਦਾ ਜੀ ਲੋਕੀ ਡਰਦੇ ਨਹੀਂ ਮੰਗਣ ਵੇਲੇ ਆ ਦੇਖੋ ਜੀ ਸਾਡਾ ਹੋਲ ਸੇਲ ਪ੍ਰਾਈਸ ਆ ਦੇਖੋ ਪਹਿਲਾਂ ਤਾਂ ਸੂਟ ਦੇਖੋ ਜੀ ਪਿਓਰ ਸਿਲਕ ਕਪੜਾ ਵੈ ਇਹਦੇ ਦੋਸਟਰ ਮੈਟਲਿਕ ਕੁਆਲਿਟੀ ਦੇ ਔਰ ਦੁਪੱਟਾ ਆਏਗਾ ਐਂਡ ਦਾ ਦੁਪੱਟਾ ਬਗੜੀਆਂ ਦਾ ਇਹਦਾ ਦੁਪੱਟਾ ਵੀ ਦੇਖੋ ਜੀ ਪਿਓਰ ਦਾ ਦੁਪੱਟਾ ਆਏਗਾ ਸਾਰਾ ਹੈਂਡਵਰਕ ਦਾ ਕੰਮ ਕੀਤਾ ਆ ਜੀ ਆਹ ਦੇਖੋ ਜੀ ਹੋਲਸੇਲ ਪ੍ਰਾਈਸ ਸਾਡਾ ਕੀ ਆ ਜੀ 1350 ਰੁਪਏ ਦਾ ਹੀ ਸਿਰਫ ਦੱਸੋ ਸਿਰਫ 1350 ਰੁਪਏ ਦਾ ਤੁਸੀਂ 1700 1800 ਵੇਚ ਕੇ ਆਪਣੇ ਚਾਰ ਪੈਸੇ ਕਮਾ ਸਕਦੇ ਹੋ ਬਾਕੀ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਦਿਖਾ ਰਿਹਾ ਇੰਨਾ ਚ ਡਿਜ਼ਾਈਨਿੰਗ ਬਹੁਤ ਮਿਲੇਗੀ ਕਲਰ ਬਹੁਤ ਮਿਲਣਗੇ ਬਹੁਤ ਡਿਜ਼ਾਈਨਿੰਗ ਮਿਲੇਗੀ ਜੇ ਤੁਸੀਂ ਇੱਥੇ ਵਿਜ਼ਿਟ ਕਰਕੇ ਆ ਕੇ ਦੇਖੋਗੇ ਹੁਣ ਆ ਅਭਿਆਮ ਵਾਲੇ ਸੂਟ ਆਂਦੇ ਆ ਦੇਖੋ ਜਿਹੜੇ ਕੁੜੀਆਂ ਪੰਦੀਆਂ ਵਿਆਹ ਤੇ ਆ ਦੇਖੋ ਜੀ ਲੋਕੀ ਕਿੱਦਾਂ ਮੰਗਦੇ ਆ ਜੀ ਰੇਟ ਅੱਧਾ ਪਹਿਲਾਂ ਦਾ ਸੂਟ ਦੇਖੋ ਤੁਸੀਂ ਆ ਦੇਖੋ ਪਿਓਰ ਸਿਲਕ ਦਾ ਸੂਟ ਆ ਜੀ 5 ਮੀਟਰ ਦਾ ਔਰ ਇਸ ਤੋਂ ਬਾਅਦ ਦੁਪੱਟਾ ਦਾ ਹੀ ਪਗੜੀ ਦਾ ਦੁਪੱਟਾ ਯਾਰ ਆ ਦੁਪੱਟਾ ਆਏਗਾ ਜੀ ਇਹਦਾ ਕਿੱਦਾਂ ਵੇਚਦੇ ਆ ਜੀ 12000 ਦਾ ਜੀ 15000 ਦਾ ਜੀ 11000 ਦਾ ਜੀ ਤੁਹਾਨੂੰ ਅੱਧੇ ਤੋਂ ਵੀ ਘੱਟ ਮੁੱਲ 'ਚ ਦਵਾਂਗੇ ਕਿਉਂਕਿ ਇਹ ਸਾਡਾ ਹੋਲਸੇਲ ਦਾ ਕੰਮ ਆ ਅਸੀਂ ਜ਼ਿਆਦਾ ਰੇਟ ਨਹੀਂ ਖੋਲ ਸਕਦੇ ਤੁਹਾਨੂੰ ਅੱਧੇ ਤੋਂ ਵੀ ਅੱਧੇ ਰੇਟ ਦਾ ਰੇਟਾ ਚ ਇਦਾਂ ਦੇ ਸੂ ਬਹੁਤ ਰੀਜ਼ਨ ਨੰਬਰ ਰੇਟਾਂ ਹੀ ਦਵਾਂਗੇ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਆ ਦੇਖੋ ਜੀ ਤੁਸੀਂ ਆਪਣੇ ਸ਼ਹਿਰ ਚ ਕਿਸੇ ਵੀ ਸ਼ਹਿਰ ਚ ਬੈਠੇ ਹੋ ਆ ਸੂਟ ਲੈਣ ਜਾਓ ਗਰਲਿਸ਼ ਵਾਲਾ ਆਪਣਾ ਵਿਆਹ ਤੇ ਪਾਉਣ ਵਾਲਾ ਕੁੜੀਆਂ ਦਾ ਸੂਟ ਆ ਸਾਰਾ ਫਰੰਟ ਹੈਵੀ ਕੱਢਿਆ ਨੀਚੇ ਤੱਕ ਦੇਖੋ ਜੀ ਪਿਓਰ ਦਾ ਕਪੜਾ ਲੱਗਿਆ ਜਿਹੜਾ 5-700 ਰੁਪਏ ਮੀਟਰ ਹੋਲਸੇਲ ਰੇਟ ਆ ਜਿਹਦਾ ਔਰ ਇਹ ਦੁਪੱਟਾ ਆਏਗਾ ਆ ਦੇਖੋ ਜੀ ਦੁਪੱਟਾ ਪਕੜੀ 4 ਸਾਈਡ ਇਸ ਤਰੀਕੇ ਕੱਢਿਆ ਹੋਇਆ ਹੈਗਾ ਜੀ ਆ ਦੇਖੋ ਇਹ ਡੰਮੀ ਤੇ ਟੰਗ ਕੇ ਆ ਜੀ ਇਹਦਾ 13995 ਰੁਪਏ 14995 ਰੁਪਏ ਐਦਾਂ ਸੇਲ ਕਰਦੇ ਆ ਜੀ ਪਿਓਰ ਦਾ ਦੁਪੱਟਿਆਂ ਨਾਲ ਸਾਡਾ ਹੋਲਸੇਲ ਰੇਟ ਹੈ ਸਿਰਫ ਤੇ ਸਿਰਫ 5500 ਰੁਪਏ ਇਹਨੂੰ 1015 ਤੁਸੀਂ ਉੱਪਰ ਰੱਖ ਕੇ ਸੇਲ ਕਰੋ ਤੁਹਾਡਾ ਆਰਾਮ ਨਾਲ ਸੇਲ ਹੋਏਗਾ ਇਸ ਤਾਂ ਸੋ ਇਸ ਤਰ੍ਹਾਂ ਦੀ ਬਹੁਤ ਚੀਜ਼ਾਂ ਸਾਡੇ ਕੋਲ ਹੈਗੀਆਂ ਮੈਂ ਤੁਸੀਂ ਇੱਕ ਵਾਰ ਇੱਥੇ ਵਿਜ਼ਿਟ ਕਰੋ ਤੁਹਾਨੂੰ ਬਹੁਤ ਮੇਰੀ ਮੇਰੇ ਖਿਆਲ ਨਾਲ ਇਹ ਸੂਟ ਦੇਖ ਕੇ ਆਪਾਂ ਸੈਕਿੰਡ ਆਪਸ਼ਨ ਨਹੀਂ ਕਵਾਂਗੇ ਵੀ ਸਾਨੂੰ ਕੋਈ ਹੋਰ ਦਿਖਾਓ ਕਿਉਂਕਿ ਇਹ ਸੂਟ ਬਹੁਤ ਸੋਹਣਾ ਹੈ ਅਸਲ ਦੇ ਵਿੱਚ ਟੋਟਲੀ ਮੈਡਮ ਅਸੀਂ ਆਪਣੇ ਤਿਆਰ ਕਰਾਈਦੇ ਹਾਂ ਨਾ ਹਾਂ ਉਹ ਤਿੰਨ ਚਾਰ ਮੁਨਾਫੇ ਹੀ ਉੱਡ ਗਏ ਜਿਹੜੇ ਸਾਡੇ ਕੋਲ ਲੈ ਕੇ ਜਾਣਗੇ ਉਹ ਹੋਰ ਜਾਂਦੇ ਪੰਜਵੇਂ ਹੱਥ ਜਾ ਕੇ ਤੁਹਾਡੇ ਕੋਲ ਸੂਟ ਆਣਾ ਉਹ ਕਿੰਨੇ ਪ੍ਰੋਫਿਟ ਉਹ ਸਾਰੇ ਪ੍ਰੋਫਿਟ ਉੱਡ ਗਏ ਉਂਝ ਮੈਂ ਆ ਸੂਟ ਦੇਖੋ ਤੁਹਾਨੂੰ ਕੁਝ ਸੇਲ ਕਰਨ ਵਾਸਤੇ ਆ ਚੀਜ਼ਾਂ ਵੀ ਆਉਂਦੀਆਂ ਜੀ ਆ ਦੇਖੋ ਉਹ ਸੌਰੀ ਇਹ ਦੇਖੋ ਜੀ ਆਲ ਓਵਰ ਸੂਟ ਹੁੰਦਾ ਜੀ ਆ ਦੇਖੋ ਜੀ ਪਿਓਰ ਕਾਟਨ ਦਾ ਔਰ ਦੁਪੱਟਾ ਵੀ ਇਹਦੇ ਨਾਲ ਐਦਾਂ ਕੱਢਿਆ ਹੁੰਦਾ ਦੇਖੋ ਜੀ ਦੁਪੱਟਾ ਵੀ ਇਸ ਤਰ੍ਹਾਂ ਦਾ ਵਰਕ ਵਾਲਾ ਆਏਗਾ ਦੇਖੋ ਜੀ ਕੋਈ 600 ਨਹੀਂ ਕੋਈ 700 ਨਹੀਂ ਸਿਰਫ 310 ਰੁਪਏ ਦਾ ਸੂਟ ਹੈ ਸਾਰਾ ਲਾ 310 ਰੁਪਏ ਦਾ ਸੂਟ ਉਸ ਤੋਂ ਬਾਅਦ ਇਹ ਕਾ ਦੇਖੋ ਜੀ ਹੁਣ ਪਿਓਰ ਕਾਟਨ ਦਾ ਸੂਟ ਹੈ ਔਰ ਕਪੜਾ ਬਾਰ ਬਾਰ ਇੱਕੋ ਹੀ ਕਹਿ ਰਿਹਾ ਜਿਹੜੇ ਕੜਾਈ ਵਾਲੇ ਸੂਟ ਤੁਹਾਨੂੰ ਦੇਰ ਦਿਖਾ ਰਿਹਾ ਵਾ ਸਭ ਗਰੰਟੀ ਵਾਲੇ ਕਪੜੇ ਹੈ ਕਿਉਂਕਿ ਅਸੀਂ ਆਪਣੇ ਤਿਆਰ ਕਰਾਏ ਹੋਏ ਹੈ ਗਲਤ ਕਪੜਾ ਆਪਣੀ ਦੁਕਾਨ ਦੇ ਚੜਾਉਂਦੇ ਵੀ ਨਹੀਂ ਅਸੀਂ ਵੇਚਣਾਂ ਦੇ ਬਹੁਤ ਦੂਰ ਦੀ ਗੱਲ ਹੈ ਆ ਦੇਖੋ ਪ੍ਰਿੰਟਡ ਦੁਪੱਟੀਆਂ ਆਣੀਆਂ ਇਹਦੇ ਨਾਲ ਕੋਈ 500 ਨਹੀਂ 600 ਨਹੀਂ ਸਿਰਫ 200 ਰੁਪਏ ਦਾ ਸੂਟ ਹੈ ਸਰ ਆll over ਸੂਟ ਆ ਗਲਾ ਕੱਟਿਆ ਹੈ ਪ੍ਰਿੰਟਡ ਦੁਪੱਟਾ 200 ਰੁਪਏ ਦਾ ਸੂਟ ਹੈ 200 ਰੁਪਏ ਦੇ ਵਿੱਚ ਤਾਂ ਮੇਰੀ ਖਿਆਲ ਨਾਲ ਅੱਜਕੱਲ ਸ਼ਰਟ ਦਾ ਕਪੜਾ ਵੀ ਨਹੀਂ ਮਿਲਦਾ ਬਿਲਕੁਲ 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 ਮੈਨ ਆਦ ਗਹੁਣਾ ਪਿਓਰ ਜੋਰਜਰ ਦਾ ਸੂਟ ਹੈ ਜੀ ਆ ਦੇਖੋ ਜੀ ਇਹਦਾ ਇਨਰ ਦਾ ਕਪੜਾ ਵੀ ਨਾਲ ਹੁੰਦਾ ਹੈ ਦੇਖੋ ਜੀ ਇਨਰ ਦਾ ਕਪੜਾ ਵੀ ਨਾਲ ਹੈ ਔਰ ਦੁਪੱਟਾ ਵੀ ਫੁੱਲ ਪਿਓਰ ਦਾ ਲੱਗਿਆ ਹੈ ਦੇਖੋ ਜੀ ਕੋਈ 700 ਨਹੀਂ ਕੋਈ 800 ਨਹੀਂ ਸਿਰਫ ਔਰ ਸਿਰਫ 375 ਰੁਪਏ ਦਾ ਸੂਟ ਹੈ ਸੋ ਇਸ ਤਰ੍ਹਾਂ ਬਹੁਤ ਵੈਰਾਈਟੀਆਂ ਸਾਡੇ ਕੋਲ ਆ ਦੇਖੋ ਜਾਮ ਦਾ ਕਪੜਾ ਤੁਹਾਨੂੰ ਦਿਖਾ ਦੇਣਾ ਹੁਣ ਪੀਸ ਆਪਣੇ ਕੋਲ ਰੱਖੇ ਹੋਏ ਹੈ ਵੀਵਰ ਨੂੰ ਨਿਗਾਹ ਹੀ ਕਰਾਂ ਦੇਖੋ 올ਓਵਰ ਸੂਟ ਆਏਗਾ ਜਾਮ 베ਸ ਤੇ ਔਰ ਗਲਾ ਘੜਿਆ ਹੋਇਆ ਹੈ ਔਰ ਦੁਪੱਟਾ ਆਏਗਾ ਪਿਓਰ ਦਾ ਤੇ ਦੁਪੱਟਾ ਵੀ ਇੱਦਾਂ ਦਾ ਸਾਰਾ ਵਰਕ ਵਾਲਾ ਜੀ ਆ ਆ ਰੇਟ ਕੀ ਹੈ 400 ਰੁਪਏ ਦਾ ਸੂਟ ਆ ਜਾਮ ਕਪੜੇ ਦੇ ਦਿੱਤੇ ਸੋ ਤੁਸੀਂ बार-बार ਯੂਵਰਸ ਨੂੰ ਨਹੀਂ ਕਹਿੰਦਾ ਤੁਸੀਂ ਮਨ ਬਣਾਓ ਪਤਾ ਕੀ ਗੱਲ ਹੈ ਦੁਨੀਆ 'ਚ ਜਿਵੇਂ ਹੁਣ ਲੋਕ ਸੋਚ ਤੇ ਲੈਂਦੇ ਆ ਦੇਖੋ ਅਸੀਂ ਹੁਣ ਕਪੜੇ ਦਾ ਕੰਮ ਸ਼ੁਰੂ ਕਰਨਾ ਹੈ ਉਹ ਕੀ ਕਰਦੇ ਆ ਉਸਲਾਵਾ ਲੈਣੀ ਸ਼ੁਰੂ ਕਰ ਦਿੰਦੇ ਆ ਜਿਵੇਂ ਆਪਣੇ ਰਿਸ਼ਤੇਦਾਰਾਂ ਕੋਲੋਂ ਜੇ ਆਂਡ ਗਵਾਂਡ ਸਲਾਹ ਲੈਣ ਲੱਗਦੇ ਦੇਖੋ ਮੈਂ ਕਪੜੇ ਦਾ ਕੰਮ ਸ਼ੁਰੂ ਕਰਨਾ ਵੈ ਤੇ ਆਪਾਂ ਕਿੱਦਾਂ ਕਰੀਏ ਪਤਾ ਕੀ ਗੱਲ ਹੈ ਤੁਸੀਂ ਸਲਾਮਾ ਲਓਗੇ ਕਿਸੇ ਨੇ ਤੁਹਾਨੂੰ ਸਹੀ ਸਲਾਹ ਨਹੀਂ ਦੇਣੀ ਕਿਉਂਕਿ ਅੱਜ ਕੱਲ ਦੇ ਜਮਾਨੇ ਕੋਈ ਨਹੀਂ ਚਾਹੁੰਦਾ ਤੁਸੀਂ ਕਿਸੇ ਤੋਂ ਲੋ ਅੱਗੇ ਵੱਧੋ ਸੋ ਤੁਹਾਡੇ ਪੈਸੇ ਲੱਗਨੇ ਆ ਮਨ ਤੁਸੀਂ ਬਣਾਣਾ ਠੀਕ ਹੈ ਕਿ ਨਹੀਂ ਕੰਮ ਤੁਸੀਂ ਕਰਨਾ ਸੋ ਕਿਸੇ ਕੋ ਸਲਾਹ ਲੈਣ ਦੀ ਲੋੜ ਨਹੀਂ ਤੁਸੀਂ ਚੁੱਪ ਕਰਕੇ ਸਿਮੀ ਟੈਕਸਟਾਈਲ ਨਾਲ ਜੁੜੋ ਹਰ ਤਰ੍ਹਾਂ ਇਹ ਤੁਹਾਨੂੰ ਦੱਸਾਂਗੇ ਗਾਈਡ ਕਰਾਂਗੇ ਕਿੱਦਾਂ ਕੱਪੜਾ ਵਿਕਦਾ ਹੈ ਕਿੱਦਾਂ ਚੀਜ਼ ਹੈ ਤੁਹਾਨੂੰ ਹਰ ਤਰ੍ਹਾਂ ਦੀ ਸਲਾਹ ਦਵਾਂਗੇ ਇੱਕ ਵਾਰ ਤੁਸੀਂ ਸ਼ੁਰੂ ਕਰਕੇ ਦੇਖੋ ਪਤਾ ਹੀ ਗਲਾ ਤੁਸੀਂ 10000 ਸ਼ੁਰੂ ਕਰੋਗੇ ਉਸ ਤੋਂ ਬਾਅਦ ਦੇਖੋ ਰੱਬ ਨੇ ਤੁਹਾਡੇ ਬਾਰੇ ਉਸ ਤੋਂ ਪਤਾ ਨਹੀਂ ਕੀ ਸੋਚ ਕੇ ਰੱਖਿਆ ਆ ਬੈ ਇਸ ਲਈ ਤੁਸੀਂ ਆਪਣੇ ਮਨ ਮਨਾ ਕੇ ਕੰਮ ਸ਼ੁਰੂ ਕਰੋ बार-बार ਇੱਕੋ ਹੀ ਗੱਲ ਕਰਨੀ ਆ ਜੋ ਉਸਨੇ ਚੀਜ਼ ਕਰਨੀ ਆ ਅਸੀਂ ਇਹ ਤਾਂ ਸਿਰਫ ਅਸੀਂ ਕੁਝ ਕੁ ਸੂਟ ਤੁਹਾਨੂੰ ਦਿਖਾ ਰਹੇ ਹਾਂ ਤੇ ਬਹੁਤ ਸਾਰੇ ਸੂਟਸ ਨੇ ਜਿਨ੍ਹਾਂ ਦੀ ਮਤਲਬ ਗਿਣਤੀ ਵੀ ਨਹੀਂ ਮੇਰੇ ਖਿਆਲ ਨਾਲ ਕੀਤੀ ਜਾ ਸਕਦੀ ਤੇ ਤੁਹਾਨੂੰ ਇਹ ਵੀ ਨਹੀਂ ਹੈ ਵੀ ਜੋ ਇੱਥੇ ਦਿਖ ਰਿਹਾ ਉਹ ਤੁਹਾਨੂੰ ਨਹੀਂ ਮਿਲੇ ਕਿਉਂਕਿ ਉਹਦੀ ਗਿਣਤੀ ਸੇਮ ਸੇਮ ਡਿਜ਼ਾਈਨ ਦੇ ਨਾਲ ਬਹੁਤ ਤਰ੍ਹਾਂ ਦੇ ਬਹੁਤ ਸਾਰੇ ਸੂਟਸ ਬਣਵਾਏ ਹੋਏ ਨੇ ਤਾਂ ਜੋ ਦਰਸ਼ਕਾਂ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਈ ਵਿਊਰਜ਼ ਅਗਰ ਇੱਥੇ ਵੀਡੀਓ ਦੇਖ ਕੇ ਜਾਂਦੇ ਨੇ ਕਿ ਬਾਅਦ ਚ ਸੂਟ ਨਾ ਮਿਲੇ ਐਸੀ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਸੂਟ ਇਹ ਦੁਬਾਰਾ ਵੀ ਮੇਰੇ ਖਿਆਲ ਨਾਲ ਤਿਆਰ ਕਰਵਾ ਸਕਦੇ ਨੇ ਹਾਂਜੀ 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 ਮੈਡਮ ਸਾਡੇ ਕੋਲ ਇੱਕ ਇੱਕ ਨਾਲ ਦੇ 100-100 ਸੂਟ ਬਣ ਕੇ ਆਂਦਾ ਵੈ ਬਹੁਤ ਵੈਰਾਈਟੀ ਹੁੰਦੀ ਹੈ ਉਂ ਜਿਵੇਂ ਹੁਣ ਦੇਖੋ ਅੱਗੇ ਜਾ ਕੇ ਹੁਣ ਜਿਵੇਂ ਮੌਸਮ ਚੇਂਜ ਹੋ ਰਿਹਾ ਵੈ ਗਰਮ ਸੂਟਸ ਆ ਉਹ ਵੀ ਸਾਡੇ ਕੋਲ ਬਹੁਤ ਵੈਰਾਈਟੀ ਹੁੰਦੀ ਆ ਦੇਖੋ ਜੀ ਕੁਝ ਤੁਹਾਨੂੰ ਮੈਂ ਪਿਓਰ ਪਛਮੀ ਨਾਲ ਕੋਈ ਬੋਰ ਰਾਜਾ ਕੁਛ ਆਵੇ ਸਾਡੀ ਗਰੰਟੀ ਹੈ ਇਹ ਰਿਟੇਲ ਚ ਮਤਲਬ 550 ਰੇਂਜ ਚ ਸੇਲ ਹੁੰਦਾ ਹੈ ਸਾਡਾ ਹੋਲ ਸੇਲ ਪ੍ਰਾਈਸ ਹੈ ਸਿਰਫ 275 ਰੁਪਏ ਜੀ ਸਿਰਫ 275 ਰੁਪਏ ਦਾ ਕੱਪੜਾ ਦਵਾਂਗੇ ਪੂਰਾ 5 ਮੀਟਰ ਇਹ ਦੇਖੋ ਜੀ ਇਹ ਆਂਦੇ ਸ਼ਾਲ ਸੂਟ ਮਤਲਬ ਕਿ ਇਸ ਰੇਂਜਾਂ ਵਿੱਚ ਹੀ ਇਹ ਨੇਅਰ ਅਬਾਊਟ ਆਹੀ ਰੇਂਜਾਂ ਚ ਆ ਦੇਖੋ ਇਹ ਅਲਪਾਈਨ ਦਾ ਸੂਟ ਹੁੰਦਾ ਹੈ ਇਹ ਨਾਲ ਆਉਂਦੀ ਹੈ ਸਟਾਲੰਦੇ ਪ੍ਰਿੰਟਡ ਬਾਕੀ ਨੇਅਰ ਅਬਾਊਟ ਹੀ ਰੇਟ ਹੈ ਮੈਂ ਯਾਦਾ ਰੇਟ ਬਾਰ ਬਰ ਕਰ ਮੈਂ ਸ਼ੋ ਨਹੀਂ ਕਰ ਸਕਦਾ ਕਿਉਂਕਿ ਸਾਡਾ ਹੋਲ ਸੇਲ ਦਾ ਕੰਮ ਹੈ ਦੇਖੋ ਜੀ ਇਹਨਾਂ ਨਾਲ ਅਲਪਾਈਨ ਔਰ ਦਿਖਾਈ ਪੀਸਰ ਆ ਦੇਖੋ ਇਦਾਂ ਦੇ ਆਉਂਦੇ ਆ ਦੇਖੋ ਜਿੱਦਾ ਪਿਕਚਰ ਬਣਿਆ ਹੋਏਗਾ ਸੇਮ ਇਸ ਤਰ੍ਹਾਂ ਹੀ ਬਨਨ ਗਿਆ ਹੈ 350 350 250 ਨੀਅਰ ਅਬਾਊਟ ਇਹੀ ਉਹ ਸ਼ਾਲ ਸੂਟ ਬਸ ਆ ਦੇਖੋ ਹੁਣ ਇੱਕ ਆ ਸ਼ਾਲ ਸੂਟ ਆਂਦਾ ਜੇ ਇਹ ਵੀ 5 ਮੀਟਰ ਦਾ ਸੂਟ ਹੁੰਦਾ ਪੂਰਾ ਜੀ ਸਭ ਬ੍ਰਾਂਡਡ ਆਈਟਮ ਹੈ ਕੰਪਨੀ ਦਾ ਸੂਟ ਹੈ ਆ ਦੇਖੋ 5 ਮੀਟਰ ਦਾ ਸੂਟ ਆਏਗਾ ਵੀਵਰਸ ਆ ਦੇਖੋ ਜੀ ਉਹ ਸ਼ਾਲ ਆਏਗੀ 2.5 ਮੀਟਰ ਦੀ ਪੂਰੀ ਆ ਦੇਖੋ ਖੁੱਲੀ ਡੁੱਲੀ ਸ਼ਾਲ ਹੈ 2.5 ਮੀਟਰ ਦੀ ਆ ਦੇਖੋ ਜੀ ਰੇਟ ਕੀ ਹੈ ਸਿਰਫ 275 ਰੁਪਏ ਦਾ ਇੰਨਾ ਮਰਜ਼ੀ 400 450 ਤੁਸੀਂ ਇਹਨੂੰ ਸੇਲ ਕਰ ਸਕਦੇ ਹੋ ਬਹੁਤ ਇਸ ਤਰ੍ਹਾਂ ਦੀ ਬਹੁਤ ਆਰਟੀਕਲ ਮਿਲ ਗਿਆ ਨੇ ਗਰਮ ਸੂਟਾਂ ਦੇ ਵੀ ਕੁਝ ਇਹ ਆਰਟੀਕਲ ਆਪਣੇ ਕੋਲ ਆ ਦੇਖੋ ਜੀ ਇਹ ਪਾਰਟੀ ਵੇਅਰ ਮਯਾਦਾ ਦਿਖਾ ਰਹੇ ਕਿਉਂਕਿ ਥੱਲੇ ਹੁਣ ਫੈਸਟੀਵਲ ਸੀਜ਼ਨ ਆ ਦੇਖੋ ਹੁਣ ਇਹ ਆਂਦੀ ਹੈ ਜੀ ਆ ਦੇਖੋ ਪਿਓਰ ਔਰਗੇਂਜ਼ਾ ਲੱਗੀ ਹੋਈ ਜਾਂਦੇ ਤੇ ਸਾਰਾ ਟੋਟਲੀ ਹੈਂਡ ਦਾ ਕੰਮ ਕੀਤਾ ਹੈ ਜੀ ਆ ਦੇਖੋ ਵੀਵਰਸ ਸੋਰੀ ਇਸ ਤੋਂ ਬਾਅਦ ਆ ਆਏਗਾ ਆਂਦਾ ਮਸਲਿਨ ਦੀ ਬਾਟਮ ਹੁੰਦੀ ਹੈ ਇਹਦੀ ਇਹਦੇ ਦੁਪੱਟਾ ਆਂਦਾ ਫੋਰ ਸੈਟ ਦਾ ਆ ਦੇਖੋ ਜੀ ਕੋਈ 2000 ਨਹੀਂ ਕੋਈ 2200 ਨਹੀਂ ਸਿਰਫ 950 ਰੁਪਏ ਦਾ ਸੂਟ ਹੈ ਜੀ ਸਿਰਫ ਤੇ ਸਿਰਫ 950 ਰੁਪਏ ਦਾ ਸੂਟ ਹੈ ਇਹਦੇ ਵਿੱਚ ਵੀਵਰਸ ਨੂੰ ਡਿਜ਼ਾਈਨਿੰਗ ਬਹੁਤ ਮਿਲੇਗੀ ਆ ਦੇਖੋ ਹੁਣ ਇਹ ਕਾ ਆਂਦਾ ਜੀ ਆ ਦੇਖੋ ਜੀ ਇਹ ਪਿਓਰ ਕਰੇਪ ਲੱਗੀ ਹੁੰਦੀ ਹੈ ਵੀ 1.5 ਤੋਂ ਤੋਂ 200 ਰੁਪਏ ਮੀਟਰ ਵਾਲੀ ਕਰੇਪ ਹੁੰਦੀ ਪਿਓਰ ਆ ਦੇਖੋ ਜੀ ਸਾਰਾ نیچے ਤੱਕ ਹੈਵੀ ਵਰਕ ਕੀਤਾ ਆ ਔਰ origignal ਚਨੂਨ ਦਾ ਦੁਪੱਟਾ ਹੁੰਦਾ ਜੀ ਔਰ ਦੁਪੱਟਾ ਵੀ ਆਂਦਾ 4 ਸਾਈਡ ਆਇਆ ਆ ਦੇਖੋ ਸਿਰਫ 750 ਰੁਪਏ ਦੀ ਰੇਂਜ 'ਚ ਜੀ 750 ਰੁਪਏ ਦੀ ਰੇਂਜ 'ਚ ਤੋ ਇਸ ਤਰ੍ਹਾਂ ਦੇ ਬਹੁਤ ਆਰਟੀਕਲ ਮਿਲਣਗੇ ਬਹੁਤ ਚੀਜ਼ਾਂ ਮਿਲਣਗੀਆਂ ਆ ਦੇਖੋ ਹੁਣ ਇੱਕ ਆਰਟੀਕਲ ਆਂਦਾ ਹੈ ਇਹ ਦੁਕਾਨ ਦੇ ਘੱਟ ਤੋਂ ਘੱਟ ਨਹੀਂ ਅਸੀਂ ਇੱਕ ਮਹੀਨੇ ਤੋਂ ਸਾਡੀ ਮਸ਼ੀਨ ਤੇ ਇਹੀ ਡਿਜ਼ਾਈਨ ਲੱਗਿਆ ਔਰ ਇੰਨਾ ਕ ਸੇਲ ਹੋ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਆ ਦੇਖੋ ਇਹਨੇ ਵੀਵਰਸ ਨੂੰ ਓਪਨ ਕਰਕੇ ਦਿਖਾਉਂਗਾ ਵੀ ਓਰੀਜਨਲ ਚੀਜ਼ ਹੈ ਜੀ ਪਿਓਰ ਦਾ ਕੱਪੜਾ ਲੱਗਿਆ ਤੇ ਕੜਾਈ ਦੇਖੋ ਕਿੱਡੀ ਕੜਾਈ ਦੇਖੋ ਕਿੱਡੀ ਸੋਹਣੀ ਹੈ ਜੀ ਉੱਪਰ ਤੱਕ ਤੇਲੇ ਦੀ ਆ ਦੇਖੋ ਔਰ ਦੁਪੱਟਾ ਇਹਦਾ ਵੀ ਆਏਗਾ ਜੀ ਫੁੱਲ ਪਿਓਰ ਦਾ ਆ ਦੇਖੋ ਜੀ ਦੁਪੱਟਾ ਆਏਗਾ ਇਦਾਂ ਦਾ ਕੋਈ 2500 ਨਹੀਂ ਕੋਈ 2800 ਨਹੀਂ ਬਹੁਤ ਅੱਧੇ ਤੋਂ ਵੀ ਕੱਟ ਰੇਟਾਂ ਜੇ ਤੁਹਾਨੂੰ ਦਵਾਂਗੇ ਹੋਲਸੇਲ ਰੇਟਾਂ 'ਚ ਅੱਧੇ ਤੋਂ ਵੀ ਕੱਟ ਰੇਟ 'ਚ ਜਿੰਦੇ ਤੁਸੀਂ 2-300 400 ਰੁਪਏ ਆਪਣਾ ਮੁਨਾਫਾ ਰੱਖ ਕੇ ਸੇਲ ਕਰ ਸਕਦੇ ਹੋ ਸੋ ਇਸ ਤਰ੍ਹਾਂ ਬਹੁਤ ਵੈਰਾਈਟੀਆਂ ਆ ਗਈਆਂ ਤੁਸੀਂ ਇੱਕ ਵਾਰ ਸਾਡੇ ਕੋਲ ਚੱਕਰ ਲਗਾਓ ਹੋ ਕੇ ਜਾਓ ਜਰੂਰ ਮਤਲਬ ਤੁਹਾਨੂੰ ਬਹੁਤ ਚੀਜ਼ਾਂ ਦਵਾਂਗੇ ਪਤਾ ਕੀ ਗੱਲ ਹੈ ਸੋਚਦਾ ਹਰ ਕੋਈ ਮੈਂ ਬਾਰ-ਬਾਰ ਇੱਕੋ ਹੀ ਗੱਲ ਕਹਿ ਰਿਹਾ ਹਾਂ ਉਹ 8-10% ਲੋਕ ਹੀ ਹੁੰਦੇ ਆ ਜਿਨ੍ਹਾਂ 'ਚ ਜਜ਼ਬਾ ਹੁੰਦਾ ਹੈ ਵੀ ਅਸੀਂ ਕੁਝ ਕਰਕੇ ਦਿਖਾਣਾ ਵੈ ਸੋ ਸਾਨੂੰ ਸਾਰੇ ਗਾਹਕ ਨਹੀਂ ਚਾਹੀਦੇ ਸਿਰਫ ਉਹ 8-10% ਗਾਹਕ ਹੀ ਚਾਹੀਦੇ ਜਿੰਨਾਂ 'ਚ ਜਜ਼ਬਾ ਹੈਗਾ ਵਾ ਕੁਝ ਕਰਕੇ ਦਿਖਾਣਾ ਵਾ ਅਸੀਂ ਉਹਨਾਂ ਦੇ ਹਰ ਤਰ੍ਹਾਂ ਦੇ ਨਾਲ ਖੜਾਂਗੇ ਮਬਾਰਵੀ ਕੋ ਸਾਡੇ ਕੋਲ ਵਿਜ਼ਿਟ ਕਰੋ ਚੱਕਰ ਲਾ ਕੇ ਜਾਓ ਪਰ ਮੈਨਾਂ ਲੈ ਕੇ ਜਾਓ ਇੱਕ ਵਾਰ ਚੱਕਰ ਲਾਓ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਤੁਸੀਂ ਇੱਕ ਵਾਰ 10000 20000 25000 ਦਾ ਆਪਣਾ ਮਤਲਬ ਕਿ ਟਾਰਗੇਟ ਬਣਾ ਕੇ ਆਓ ਸਾਡੇ ਕੋਲ ਤੁਹਾਨੂੰ ਇੰਨੀ ਕੁ ਵਾਰੀ ਹੁੰਦੇ 'ਚ ਸਾਰੀ ਵੈਰਾਈਟੀ ਬਣਾ ਕੇ ਦਵਾਂਗੇ ਫੇਰ ਜਿਵੇਂ ਬੰਦੇ ਕੋਲ ਸੋਸ ਮਤਲਬ ਹੁੰਦਾ ਕਿ 10-15000 ਦਾ ਸੇਲ ਹੋ ਜਾਂਦਾ ਬੰਦਾ ਫੇਰ ਉਹਨੇ ਚ ਲੈ ਕੇ ਆਉਂਦਾ ਫੇਰ ਦਾ ਮਤਲਬ ਸਰਕੂਲੇਸ਼ਨ ਬੰਦੇ ਦਾ ਚੱਲਦਾ ਰਹਿੰਦਾ ਹੈ ਇਹਦਾ ਮਿਕਸ ਹੋ ਕੇ ਵਿਕਦੇ ਰਹਿੰਦੇ ਆ ਸੂਟ ਬਿਲਕੁਲ ਮਤਲਬ ਇਹ ਹੈ ਕਿ ਵਿਜ਼ਿਟ ਇੱਕ ਵਾਰ ਜ਼ਰੂਰ ਕਰੋ ਕਿਉਂਕਿ ਜਦੋਂ ਤੱਕ ਤੁਸੀਂ ਵਿਜ਼ਿਟ ਨਹੀਂ ਕਰੋਗੇ ਤੁਹਾਨੂੰ ਪਤਾ ਨਹੀਂ ਲੱਗੂਗਾ ਤੁਹਾਡੀ ਜਦ ਤੱਕ ਅੱਖਾਂ ਉਹ ਚੀਜ਼ ਨਹੀਂ ਦੇਖਣਗੀਆਂ ਮੇਰੇ ਖਿਆਲ ਨਾਲ ਤੁਹਾਨੂੰ ਵੀਡੀਓਜ਼ ਦੇ ਵਿੱਚ ਵੀ ਉਹ ਜ਼ਿਆਦਾ ਕੁਝ ਨਾ ਹੀ ਦਿਖਾ ਸਕਦੇ ਨੇ ਨਾ ਤੁਸੀਂ ਕਪੜਾ ਫੀਲ ਕਰ ਸਕਦੇ ਹੋ ਬਟ ਤੁਸੀਂ ਡਿਜ਼ਾਈਨ ਜ਼ਰੂਰ ਦੇਖ ਸਕਦੇ ਹੋ ਇਹ ਵੀਡੀਓ ਤੋਂ ਤੁਸੀਂ ਅੰਦਾਜ਼ਾ ਜ਼ਰੂਰ ਲਗਾ ਸਕਦੇ ਹੋ ਵੀ ਕਿੰਨੇ ਕੁ ਸੋਹਣੇ ਸੋਹਣੇ ਸੂਟ ਨੇ ਤੇ ਤੁਹਾਨੂੰ ਕਿੰਨੇ ਕੁ ਘੱਟ ਰੇਟਾਂ ਦੇ ਵਿੱਚ ਮਿਲ ਜਾਣਗੇ ਤਾਂ ਤੁਸੀਂ ਇਹ ਤੋਂ ਬਾਅਦ ਅੱਗੇ ਜਾ ਕੇ ਕਿੰਨਾ ਕੁ ਮੁਨਾਫਾ ਕਮਾ ਸਕਦੇ ਹੋ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ ਬਾਕੀ ਹੋਰ ਸੂਟਾਂ ਦੇ ਵੱਲ ਵੀ ਆਪ ਕਾ ਜਿਹੜੀ ਆ ਮਾਰ ਲੈਨੇ ਆ ਹੋਰ ਗਰਲਿਸ਼ ਲੁੱਕ ਦੇ ਵਿੱਚ ਹੋਰ ਕੀ ਕੀ ਆ ਤੁਹਾਡੇ ਕੋਲ ਆ ਦੇਖੋ ਇਹ ਬੁਟੀ ਇਕੱਲੇ ਪੀਸ ਕੁਝ ਇਸ ਤਰ੍ਹਾਂ ਦੇ ਆਉਂਦੇ ਆ ਦੇਖੋ ਜੀ ਆ ਪਿਕ ਹੁੰਦੀ ਐ ਸੇਮ ਇਦਾਂ ਹੀ ਸੂਟ ਬਣੇਗਾ ਆ ਦੇਖੋ ਪਿਕ ਦੇਖ ਲਓ ਨਿਮਰਤ ਕੈਰਾਸਟਾਈਲ ਸੂਟ ਹਾਂਜੀ ਨਿਮਰਤ ਕੈਰਾਸਟਾਈਲ ਸੂਟ ਜਿਹੜਾ ਉਹਨੇ ਪਾਇਆ ਉਹ 15000 ਦਾ ਸਾਡੇ ਕੋਲਾਂ ਦੀ ਫਰਸਟ ਕਾਪੀਆਂ ਹੁੰਦੀਆਂ ਆ ਦੇਖੋ ਜੀ ਦੁਪੱਟਾ ਇਹਦੇ ਨਾਲ ਆਏਗਾ ਫੁੱਲ ਪਿਓਰ ਦਾ ਆ ਦੇਖੋ ਜੀ ਆਹ ਦੇਖੋ ਫੁੱਲ ਪਿਓਰ ਦਾ ਦੁਪੱਟਾ ਆਏਗਾ ਇਹ ਮਾਰਕੀਟ ਜਿਵੇਂ ਸੇਲ ਹੁੰਦੇ ਆ 1800 1900 ਦਾ ਸਾਡਾ ਹੋਲਸੇਲ ਪ੍ਰਾਈਸ ਆ 950 ਰੁਪਏ ਦਾ ਇਸ तरफ ਸਿਰਫ 950 ਰੁਪਏ ਦਾ ਸੂਟ ਦੇਵਾਂਗੇ ਇਹ ਕਿਸ ਤਰ੍ਹਾਂ ਦੇ ਆਉਂਦੇ ਆਹ ਦੇਖੋ ਜੀ ਹੁਣ ਇਹ ਆਉਂਦੇ ਪਿਓਰ ਸਿਲਕ ਦੇ ਵਿੱਚ ਆ ਦੇਖੋ ਜੀ ਜਿਵੇਂ ਆਪਾਂ ਮਾਤਾ ਜੀ ਨੇ ਵਾਸਤੇ ਸੂਟ ਆ ਕੱਢ ਸਭ ਤੋਂ ਪਹਿਲਾਂ ਦੇ ਪਿਓਰ ਸਿਲਕ ਲੱਗੀ ਮੈਂ ਕੱਪੜੇ ਦਾ ਨਾਮ ਦੱਸਦਾ ਵੀਰੋ ਤਾਂ ਕਿ ਪਤਾ ਲੱਗਦਾ ਰਹੇ ਆਹ ਦੇਖੋ ਜੀ ਘੇਰੇ ਦੇ ਇੱਕ ਸਫਾਈ ਦੇਖੋ ਕਿੰਨੀ ਹੈ ਪਿਓਰ ਸਿਲਕ ਲੱਗੀ ਹੋਈ ਹੈ ਦੁਪੱਟਾ ਆਏਗਾ ਫੁੱਲ ਪਿਓਰ ਦਾ ਇਹ ਵੀ ਮਾਰਗ 1700 1800 ਦੇ ਸੇਲ ਹੁੰਦੇ ਆ ਆਪਾਂ ਤੁਹਾਨੂੰ ਅੱਧੇ ਤੋਂ ਘੱਟ ਰੇਟਾਂ ਅੱਧੇ ਤੋਂ ਘੱਟ ਮੁੱਲ 'ਚ ਦੇਨੇ ਆ ਪਿਓਰ ਚਨੂਨ ਦਾ ਦੁਪੱਟਾ ਲੱਗਿਆ ਹੋਇਆ ਆ ਦੇਖੋ ਜੀ ਇਹੋ ਦਿਖਾਵਾਂ ਬਲ ਯੈਲੋ ਦਾ ਆ ਦੇਖੋ ਇਹਨਾਂ ਪਿਓਰ ਸਿਲਕ ਦਾ ਸੂਟ ਹੈ ਜਿਸ ਤਰ੍ਹਾਂ ਦਾ ਨਾ ਇਸ ਟਾਈਮ ਜ਼ਿਆਦਾ ਡਿਮਾਂਡ ਹੀ ਪਿਓਰ ਸਿਲਕ ਕਪੜੇ ਦੀ ਹੈ ਇਸ ਟਾਈਮ ਇਸ ਕਰਕੇ ਇਹ ਚੀਜ਼ਾਂ ਆ ਰਹੀਆਂ ਆ ਦੇਖੋ ਆ ਦੇਖੋ ਪਿਓਰ ਸਿਲਕ ਆਏਗੀ ਦੇਖੋ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਦੁਪੱਟਾ ਆਏਗਾ ਪਿਓਰ ਚਨੂਨ ਦਾ ਆ ਦੇਖੋ ਵਾਹ ਦੇਖੋ ਓਰੀਜਨਲ ਚੀਜ਼ਾਂ ਜੀ ਆ ਦੇਖੋ ਕੋਈ ਨਹੀਂ ਅਸੀਂ ਮੰਗਣਾ ਤੁਹਾਡੇ ਕੋ 2500 3 ਨਾ ਕੋਈ ਨਹੀਂ ਮੰਗਣਾ ਸੀ ਅੱਧੇ ਤੋਂ ਵੀ ਘੱਟ ਮੁੱਲ ਚ ਹੀ ਤੁਹਾਨੂੰ ਦੇਣੀ ਆ ਮੈਂ ਬਸ बार-बार ਇੱਕੋ ਹੀ ਗੱਲ ਕਰਨਾ ਵਿਜ਼ਰਡ ਕਰਨ ਸਾਡੇ ਕੋਲ ਤੁਹਾਨੂੰ ਬਹੁਤ ਕੁਝ ਮਿਲ ਲਰੇਗਾ ਬਾਕੀ ਜਿਹੜਾ ਸਕਾਈ ਨਿਊਜ਼ ਚੈਨਲ ਤੋਂ ਕੋਈ ਆਪਣੇ ਕੋ ਸਕਰੀਨਸ਼ਾਟ ਲੈ ਕੇ ਆਏਗਾ ਜੇ ਉਹਨਾਂ ਦੇ ਜ਼ਰੀਏ ਆਏਗਾ ਸਾਡੇ ਕੋਲ ਵੈਸੇ ਸਾਡੇ ਰੇਟ ਬਿਲਕੁਲ ਫਿਕਸ ਹੈ ਉਹਨਾਂ ਨੂੰ ਕੁਝ ਲੈਸ ਵੀ ਦਿੱਤੀ ਜਾਏਗੀ ਠੀਕ ਹੈ ਜੀ ਜੀ ਬਿਲਕੁਲ ਤਾਂ ਹੁਣ ਤੁਸੀਂ ਜੇਕਰ ਸਾਡੀ ਵੀਡੀਓ ਦੇਖ ਕੇ ਉੱਥੇ ਜਾਓਗੇ ਤਾਂ ਸਕਰੀਨਸ਼ਾਟ ਜ਼ਰੂਰ ਦਿਖਾ ਦਿਓ ਕਿਉਂਕਿ ਉਹਦਾ ਤੁਹਾਨੂੰ ਸਪੈਸ਼ਲ ਡਿਸਕਾਊਂਟ ਜ਼ਰੂਰ ਦੇਣਗੇ ਅਕੀ ਤੁਸੀ ਕਹੋਗੇ ਜੇ ਵੀਰ ਸਾਨੂੰ ਕਹੋਗੇ ਤੇ ਆਪਾਂ ਤੁਹਾਨੂੰ ਆਪਣੀ ਫੈਕਟਰੀ ਵੀ ਸ਼ੋਅ ਕਰਵਾ ਦਿੰਨੇ ਆ ਇੱਥੇ ਨਾਲ ਹੀ ਸਾਡੀ ਫੈਕਟਰੀ ਹੈ ਤੁਹਾਨੂੰ ਅਸੀਂ ਫੈਕਟਰੀ ਵੀ ਆਪਣੀ ਇੱਕ ਵਾਰ ਦਿਖਾ ਦਿੰਨੇ ਆ ਕਿ ਕਿੱਦਾਂ ਚੀਜ਼ਾਂ ਸਾਡੀ ਫੈਕਟਰੀ ਤਾਂ ਬੰਦੀਆਂ ਠੀਕ ਹੈ ਜੀ ਜੀ ਬਿਲਕੁਲ ਤਾਂ ਇਹ ਤਾਂ ਤੁਸੀਂ ਇੱਥੇ ਸੂਟ ਵੇਖ ਲਈ ਇੱਕ ਵਾਰ ਫੈਕਟਰੀ ਵੀ ਜ਼ਰੂਰ ਵਿਜ਼ਿਟ ਕਰਾਂਗੇ ਕਿ ਫੈਕਟਰੀ ਦੇ ਵਿੱਚ ਕਿਵੇਂ ਇਹ ਸੂਟ ਬੰਦਦੇ ਨੇ ਕਿਵੇਂ ਸਾਰਾ ਕੰਮ ਹੁੰਦਾ ਪਰ ਉਸ ਤੋਂ ਪਹਿਲਾਂ ਜਿਹੜੇ ਕਸਟਮਰ ਆਏ ਹੋਏ ਨੇ ਉਹਨਾਂ ਦੇ ਨਾਲ ਵੀ ਇੱਕ ਦੋ ਗੱਲਬਾਤ ਕਰ ਲੈਣੀ ਹੈ ਕਿ ਉਹਨਾਂ ਨੂੰ ਉਹ ਇਸ ਸ਼ਾਪ ਤੇ ਕਿਉਂ ਵਾਰ-ਵਾਰ ਆਉਂਦੇ ਨੇ ਤੇ ਕੀ ਕੁਝ ਉਹਨਾਂ ਨੂੰ ਖਾਸ ਲੱਗ ਸਾਡੇ ਕੋਲ ਕੁਝ ਕਸਟਮਰ ਵੀ ਬੈਠੇ ਨੇ ਜਿਹੜੇ ਕਿ ਸ਼ਾਪਿੰਗ ਕਰਨ ਦੇ ਲਈ ਆਏ ਹੋਏ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਕਿ ਉਹ ਕਿੰਨੀ ਕੁ ਦੇਰ ਤੋਂ ਸ਼ਾਪ ਤੇ ਆ ਰਹੇ ਨੇ ਤੁਸੀਂ ਕਿੱਥੋਂ ਹਾਂਜੀ ਖੰਨੇ ਤੋਂ ਆਏ ਹੋਏ ਆ ਸੀ ਕਿੰਨਾ ਟਾਈਮ ਹੋ ਗਿਆ ਤੁਸੀਂ ਇਸ ਸ਼ਾਪ ਤੇ ਆ ਸਾਨੂੰ 3-4 ਸਾਲ ਹੋ ਗਏ ਇਸੇ ਸ਼ਾਪ ਤੇ ਆਉਂਦੇ ਆ ਤੁਸੀਂ ਵੀ ਮਤਲਬ ਇੱਥੋਂ ਹੋਲ ਸੇਲ ਤੇ ਕਪੜਾ ਲੈ ਕੇ ਅੱਗੇ ਵੇਚ ਹਾਂਜੀ ਮੈਨੂੰ 3-4 ਸਾਲ ਹੋ ਗਏ ਨਾ ਤੋਂ ਕਪੜਾ ਲੈ ਕੇ ਜਾਂਦੀ ਮੈਂ 10000 ਤੋਂ ਕਮ ਸ਼ੁਰੂ ਕੀਤਾ ਸੀਗਾ ਕਿ ਮੈਂ ਹੁਣ ਪਹਿਲਾਂ ਮੀਨੇ ਮੀਨੇ ਤੱਕਾਂ ਦੇ ਸੀ ਫਿਰ ਮੈਂ ਹੁਣ ਹਫਤੇ ਚ ਬੀਵੀ ਯਾਰ ਦਾ 40-40 ਹਜ਼ਾਰ ਦਾ ਮਾਲ ਲੈ ਕੇ ਜਾਂਦੀ ਆ ਇਹਨਾਂ ਦਾ ਕਪੜਾ ਬਹੁਤ ਵਧੀਆ ਹੁੰਦਾ ਭਾਜੀ ਵੀ ਬਹੁਤ ਵਧੀਆ ਨੇ ਇਹਨਾਂ ਦਾ ਸਟੱਫ ਬਹੁਤ ਵਧੀਆ ਸਸਤੇ ਤੋਂ ਸਸਤਾ ਮਿੰਗਰ ਮੰਗਾ ਸਾਰੀ ਤਰ੍ਹਾਂ ਦੇ ਕਪੜਾ ਮਿਲਦਾ ਬਹੁਤ ਅੱਛੇ ਨੇ ਵੀ ਸ਼ਾਪ ਵੀ ਬਹੁਤ ਵਧੀਆ ਇਹਨਾਂ ਦੀ ਬਹੁਤ ਘੁੰਮੀਆਂ ਮੈਂ ਪਰ ਮੈਨੂੰ ਸਭ ਤੋਂ ਵਧੀਆ ਅੱਛਾ ਇਹਨਾਂ ਦਾ ਮਾਹੌਲ ਵੀ ਅੱਛਾ ਲੱਗਾ ਕਪੜਾ ਵੀ ਅੱਛਾ ਲੱਗਾ ਰੇਟ ਵੀ ਬਹੁਤ ਅੱਛਾ ਇਹਨਾਂ ਦਾ ਇਸ ਸ਼ਾਪ ਤੋਂ ਇਲਾਵਾ ਕਿਸੇ ਹੋਰ ਸ਼ਾਪ ਤੇ ਜਾ ਕੇ ਵੀ ਤੁਸੀਂ ਕਦੇ ਟਰਾਈ ਕੀਤਾ ਹਾਂਜੀ ਮੈਂ ਜਦੋਂ ਕੰਮ ਸਟਾਰਟਿੰਗ ਕੀਤਾ ਸੀ ਬਹੁਤ ਸ਼ਾਪਸ ਤੇ ਗਈ ਸੀ ਪਰ ਨਹੀਂ ਮੇਰਾ ਕਿਤੇ ਵੀ ਸੈੱਟ ਨਹੀਂ ਮਤਲਬ ਕਿ ਇੰਨੇ ਸਸਤੇ ਕੱਪੜੇ ਕਿਤੇ ਨਹੀਂ ਸੀ ਮਿਲਦੇ ਇਨ੍ਹਾਂ ਤੋਂ ਹੀ ਮਿਲੇ ਨੇ ਤੇ ਮੈਂ ਹੁਣ 3-4 ਸਾਲ ਹੋ ਗਏ ਇਨ੍ਹਾਂ ਤੋਂ ਹੀ ਲੈ ਰਹੀ ਆ ਤੇ ਮੈਂ ਇਨ੍ਹਾਂ ਤੋਂ ਹੀ ਕੰਮ ਸਟਾਰਟ ਕੀਤਾ ਜਿਆਦਾ ਤੇ ਇਨ੍ਹਾਂ ਤੋਂ ਹੀ ਜ਼ਿਆਦਾ ਕੰਮ ਵਧਿਆ ਮੇਰਾ ਇੱਕ ਹੋਰ ਕਸਟਮਰ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਤੁਸੀਂ ਕਿੱਥੋਂ ਅਸੀਂ ਵੀ ਖੰਨੇ ਤੋਂ ਆਏ ਆਂ ਆ ਅਸੀਂ ਵੀ ਕੱਪੜੇ ਇੱਥੇ ਬਹੁਤ ਸਸਤੇ ਮਿਲਦੇ ਆਂ ਅਸੀਂ ਇੱਥੋਂ ਹੀ ਸੂਟ ਲੈ ਕੇ ਜਾਣਾ ਹੁਣ ਮੇਰੀ ਕੁੜੀ ਦਾ ਵਿਆਹ ਵਾ ਮੈਂ ਸਾਰੇ ਕੱਪੜੇ ਇੱਥੋਂ ਹੀ ਲੈ ਕੇ ਜਾਊਂਗੀ ਔਰ ਇੱਥੋਂ ਹੀ ਲੈ ਕੇ ਜਾਣੀ ਆ ਤਾਂ ਤੁਸੀਂ ਦੇਖ ਚੁੱਕੇ ਹੋ ਪਰ ਹੁਣ ਅਸੀਂ ਖੜੇ ਆਂ ਸਿਮੀ ਟੈਕਸਟਾਈਲ ਦੀ ਫੈਕਟਰੀ ਦੇ ਵਿੱਚ ਜਿੱਥੇ ਕਿ ਅਸੀਂ ਤੁਹਾਨੂੰ ਦਿਖਾਣੇ ਆ ਕਿ ਸੂਟਸ ਦੇ ਉੱਤੇ ਏਮਬੋਇਡਰੀ ਕਿਵੇਂ ਹੁੰਦੀ ਹੈ ਕਿਵੇਂ ਮਸ਼ੀਨਸ ਜਿਹੜੀਆਂ ਨੇ ਪਿਆਰੀ ਪਿਆਰੀ ਕਢਾਈ ਜਿਹੜੀਆਂ ਕਰਦੇ ਨੇ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਮਸ਼ੀਨਸ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਸੂਟਸ ਦੀ ਕਢਾਈ ਹੋ ਰਹੀ ਹੈ ਏਮਬੋਇਡਰੀ ਹੋ ਰਹੀ ਹੈ ਹਾਲਾਂਕਿ ਇਸ ਵੇਲੇ ਮਸ਼ੀਨਸ ਬੰਦ ਜ਼ਰੂਰ ਕਰਵਾਈਆਂ ਹੋਈਆਂ ਨੇ ਕਿਉਂਕਿ ਸਾਊਂਡ ਪ੍ਰੋਬਲਮ ਕਰਕੇ ਆਦਰਵਾਇਜ਼ ਜਿਹੜੇ ਹੈ ਸਾਰੀਆਂ ਮਸ਼ੀਨਾਂ ਇੱਕੋ ਨਾਲ ਕੰਮ ਕਰਦੇ ਨੇ ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਦੇ ਆ ਤਾਂ ਸਰ ਇੱਕ ਦਿਨ ਦੇ ਵਿੱਚ ਤੇ ਇੱਕ ਟਾਈਮ ਦੇ ਵਿੱਚ ਮਸ਼ੀਨਾਂ ਕਿੰਨੀਆਂ ਕ ਸੂਟ ਐਮਬੋਇਡ ਕਰਦੀਆਂ ਇੱਕ ਮਸ਼ੀਨ 10 ਮਿੰਟ ਦੇ ਵਿੱਚ 6 ਸੂਟ ਕੱਢਦੀ ਹੈ ਲਗਾਤਾਰ ਉਸ ਤੋਂ ਬਾਅਦ ਫੇਰ ਦੂਜਾ ਫਰੇਮ ਲਗਾਉਣਾ ਪੈਂਦਾ ਹੈ ਫੇਰ ਥਰਡ ਫਰੇਮ ਲਗਾਉਣਾ ਪੈਂਦਾ ਹੈ ਇੱਕ ਮਸ਼ੀਨ ਸੋਕ ਸੂਟ ਕੱਢ ਦਿੰਦੀ ਹੈ ਜਿਹਦੇ ਕਰਕੇ ਸਾਨੂੰ ਰੇਟਾਂ ਦਾ ਪੜਤਾਂ ਆਂਦਾ ਹੁਣ ਜਿਵੇਂ 8 ਮਸ਼ੀਨਾਂ ਇੱਥੇ نیچے ਲੱਗੀਆਂ ਹੋਈਆਂ ਐ ਇਹਦੇ ਨਾਲ ਦੀ 8 ਮਸ਼ੀਨਾਂ ਉੱਪਰ ਵੀ ਲੱਗੀਆਂ ਹੋਈਆਂ ਸਾਡੇ ਟੋਟਲ 16 ਮਸ਼ੀਨਾਂ ਵਾਂ ਔਰ ਜਿਹੜਾ ਵੀ ਡਿਜ਼ਾਈਨ ਅਸੀਂ ਬਣਾ ਉਹਨ ਦੇ ਕਰਕੇ ਫਿਰ ਨਾਲ ਨਾਲ ਚੱਜ ਜਿਵੇਂ ਹੁਣ ਆ ਡਿਜ਼ਾਈਨ ਬਣ ਰਿਹਾ ਵਾ ਆ ਦੇਖੋ ਇਹ ਪ੍ਰੋਪਰ ਮੈਡਮ ਤਿਆਰ ਹੋ ਕੇ ਆ ਦੇਖੋ ਸਰ ਕੁਝ ਇਸ ਤਰ੍ਹਾਂ ਦਾ ਤਿਆਰ ਹੋਏਗਾ ਨਾਰਕਲੀ ਸਟਾਈਲ ਵਿੱਚ ਜਿਹੜਾ ਇੱਥੇ ਲੱਗੇ ਨਾ ਇਦਾਂ ਕੁਝ ਨਹੀਂ ਪਤਾ ਲੱਗ ਰਿਹਾ ਬਣ ਕੇ ਆਏਗਾ ਫਿਰ ਪਤਾ ਲੱਗਦਾ ਵਾ ਹਾਂ ਇਦਾਂ ਦੇ ਸਾਈ ਹਰ ਮੈਂ ਦੱਸ ਰਹੇ ਆਪਣੀ ਚੀਜ਼ ਫੈਕਟਰੀ ਤਿਆਰ ਕਰਾਨ ਕੇ ਹਰ ਚੀਜ਼ ਆ ਸਾਨੂੰ ਪੜਦਾ ਆ ਜਾਂਦਾ ਮੇਨ ਇਹੀ ਰੀਜ਼ਨ ਆ ਕਿ ਅਸੀਂ ਸਸਤਾ ਵੇਚੀਦਾ ਹੈ ਇਹ ਰੀਜ਼ਨ ਤਾਂ ਜੇ ਖੁਦ ਤਿਆਰ ਕਰਦੇ ਨੇ ਤਾਂ ਫਿਰ ਇਸ ਦਾ ਮਤਲਬ ਇਹੀ ਹੈ ਕਿ ਇਹਨਾਂ ਨੂੰ ਪਤਾ ਹੈ ਕਿ ਕਿੰਨਾ ਕੁ ਪ੍ਰਾਈਸ ਲੱਗਦਾ ਹੈ ਤੇ ਕਿੰਨਾ ਕੁ ਅੱਗੇ ਜਾ ਕੇ ਜਿਹੜਾ ਗ੍ਰਾਹ ਤਾਂ ਵੀਡੀਓ ਤੁਸੀਂ ਐਂਡ ਤੱਕ ਦੇਖ ਲਈ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕੀ ਕੁਝ ਖਾਸ ਹੈ ਇਹਨਾਂ ਸੂਟਾਂ ਦੇ ਵਿੱਚ ਵੈਸੇ ਸੂਟ ਬਹੁਤ ਸਾਰੇ ਹੁੰਦੇ ਨੇ ਕੋਈ ਗਿਣਤੀ ਨਹੀਂ ਹੈ ਕੋਈ ਕਲਰਸ ਹੀ ਨਹੀਂ ਖਾਸ ਕਰ ਕੁੜੀਆਂ ਵਾਲੀ ਲੇਡੀਜ਼ ਲਈ ਗੱਲ ਕੀਤੀ ਜਾਵੇ ਤਾਂ ਕੱਪੜਿਆਂ ਦੇ ਅਨਗਿਣਤ ਨੇ ਤਾਂ ਤੁਸੀਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕੀ ਖਾਸ ਲੱਗਾ ਉਹ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਈਵਰਸ ਨੂੰ ਕੀ ਕਹਿਣਾ ਚਾਹੁੰਦੇ ਮੈਂ ਵੀਵਰਸ ਨੂੰ ਇਹ ਹੀ ਕਹਿਣਾ ਚਾਹੁੰਗਾ ਮਤਲਬ ਕਿ ਸਾਡੇ ਕੋਲ 58 ਰੁਪਏ ਤੋਂ ਛੂਟ ਸ਼ੁਰੂ ਹੋ ਜਾਂਦੇ ਐ ਉਸ ਤੋਂ ਬਾਅਦ ਤੁਸੀਂ 25-25 ਰੁਪਏ ਐਡ ਕਰੀ ਚਲੋ ਉਸ ਤੋਂ 303500 ਤੱਕ ਸਾਰੀ ਰੇਂਜ ਦਵਾਂਗੇ ਜਿਵੇਂ 100 150 200 400 500 3000 ਤੱਕ ਹਰ ਤਰ੍ਹਾਂ ਦੇ ਸੂਟ ਹੋਣਗੇ ਸਾਡੇ ਕੋਲ ਹੋਲਸੇਲ ਵਾਸਤੇ ਮੇਨ ਹੋਲਸੇਲ ਦੇ ਸਾਡਾ ਕੰਮ ਹੈ ਔਰ ਅਗਰ ਮਗਰ ਕੋਈ ਜਿਵੇਂ ਵਿਆਹ ਸ਼ਾਦੀਆਂ ਲਈ ਆਪਣੀ ਵਰੀ ਵਗੈਰਾ ਵੀ ਬਣਾਉਣਾ ਚਾਹੁੰਦਾ ਵੈ ਉਹ ਵੀ ਸਾਡੇ ਕੋਲ ਵਿਜ਼ਿਟ ਕਰ ਸਕਦੇ ਆ ਔਰ ਮੈਂ लास्ट ਤੇ ਆਪਣਾ ਐਡਰੈਸ ਦੱਸਣਾ ਚਾਹਾਂਗਾ ਈਵਰਸ ਨੂੰ ਲੁਧਿਆਣੇ ਵਿੱਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲ ਆਪਣੀ ਸ਼ਾਪ ਹੈ 2 ਨੰਬਰ ਗੁੱਚੇ ਵਿੱਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਲੁਧਿਆਣੇ ਵਿੱਚ ਬਹੁਤ ਫੇਮਸ ਹੈ ਇਨ ਕੇਸ ਅਗਰ ਈਵਰਸ ਨੂੰ ਨਹੀਂ ਵੀ ਪਤਾ ਚੱਲਦਾ ਤੁਸੀਂ ਗੁਰਦੁਆਰਾ ਸਾਹਿਬ ਕੋਲ ਆ ਕੇ ਮੈਨੂੰ ਕਾਲ ਕਰ ਸਕਦੇ ਹੋ ਮੈਂ ਆਪਣਾ ਲੜਕਾ ਭੇਜ ਦਾਂਗਾ ਸ਼ਾਪ ਦਾ ਤੁਹਾਨੂੰ ਲੈ ਵੀ ਜਾਏਗਾ ਥ ਤਾਂ ਤੁਸੀਂ ਹੁਣ ਐਡਰੈਸ ਵੀ ਤੁਹਾਨੂੰ ਪਤਾ ਲੱਗ ਗਿਆ ਤੇ ਫਿਰ ਉਹਨੂੰ ਟਾਈਮ ਨਾਲ ਆਪਣਾ ਵੇਸਟ ਕੋਰ ਜਲਦੀ ਵਲਦੀ ਵਿਜ਼ਿਟ ਕਰੋ ਤੇ ਫਟਾਫਟ ਸੂਟ ਖਰੀਦੋ ਤੇ ਆਪਣੇ ਪੈਸੇ ਵੀ ਬਚਾਓ ਔਰ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣ ਰਹੇ ਹੋ ਸਕਾਈਨਸ ਪੰਜਾਬ ਦੇ ਨਾਲ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੇ ਲੱਗੀ ਸੋਰਸ ਕਿਵੇਂ ਦੇ ਲੱਗੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਨਾ ਭੁੱਲਿਓ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ